ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿੱਥੇ ਆ ਕੇ ਮੈਂ ਸਬਜੈਕਟ ਨੂੰ ਛੱਡਿਆ, ਇਹ ਸਾਡਾ ਦੋਹਰਾ ਗਿਆਨੀ ਗਿਆਨ ਸਿੰਘ ਜੀ ਹੋਰਾਂ ਦਾ ਰਚਿਤ ਹੈ। ਕੁਝ ਰਹਿਤਨਾਮਿਆਂ ਵਿੱਚ ਵੀ ਸ਼ਬਦ ਆਉਂਦੇ ਆ, ਭਾਈ ਨੰਦ ਲਾਲ ਸਿੰਘ ਦੇ ਵੀ, ਭਾਈ ਨੰਦ ਲਾਲ ਜੀ ਦੇ ਵੀ। ਇਹ ਸਾਡੀ ਭਾਵਕ ਅਟੈਚਮੈਂਟ ਹੈ ਜੋ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਹੁਕਮ ਨੇ, ਔਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਵੀ ਜੁਗੋ ਜੁਗ ਅਟੱਲ, ਗੁਰੂ ਦਾ ਨਾਦੀ ਪਰਿਵਾਰ ਵੀ ਜੁਗੋ ਜੁਗ ਅਟੱਲ। ਜਿਹੜਾ ਪਹਿਲੇ ਜਾਮੇ ਵਿੱਚ ਸਤਿਗੁਰਾਂ ਨੇ ਸਿੱਧਾਂ ਨੂੰ ਉੱਤਰ ਦਿੱਤਾ ਸੀ, ਸਿੱਧਾਂ ਦਾ ਸਵਾਲ ਸੀ ਕਵਣ ਆਰੰਭ ਕਵਣ ਮਤ ਵੇਲਾ ਕਵਣ ਗੁਰੂ ਜਿਸ ਕਾ ਤੂੰ ਚੇਲਾ, ਵੀ ਸੰਸਾਰ ਦਾ ਆਰੰਭ ਕਿਵੇਂ ਹੋਇਆ ਅਤੇ ਮਤ ਲੈਣ ਦਾ ਸਮਾਂ ਕਿਹੜਾ ਹੁੰਦਾ ਅਤੇ ਕੌਣ ਤੁਹਾਡਾ ਗੁਰੂ ਆ ਜਿਹਦੇ ਤੁਸੀਂ ਚੇਲੇ ਹੋ। ਗੁਰੂ ਨਾਨਕ ਪਾਤਸ਼ਾਹ ਜੀ ਨੇ ਕਿਹਾ ਸੀ ਪਵਨ ਆਰੰਭ ਸਤਿਗੁਰ ਮਤ ਵੇਲਾ, ਦੁਨੀਆ ਦੀ ਆਰੰਭਤਾ ਸਾਚੇ ਤੇ ਪਵਨਾ ਪਿਆ, ਪਵਨੇ ਤੇ ਜਲ ਹੋਏ, ਜਲ ਤੇ ਤ੍ਰੇ ਪਵਨ ਸਾਜਿਆ, ਘੱਟ ਘੱਟ ਜੋ ਸਮੋਏ। ਪਹਿਲਾਂ ਹਵਾ ਆਈ, ਹਵਾ ਗੈਸਾਂ ਦੇ ਮਿਸ਼ਰਨ ਨਾਲ ਪਾਣੀ ਆਇਆ ਅਤੇ ਪਾਣੀ ਤੋਂ ਹੀ ਸਾਰੀ ਖਾਣੀਆਂ ਜਿੰਨੀਆਂ ਨੇ ਅੰਡਜ ਜੇਰਜ ਸੇਤਜ ਉਤਪੁਜ ਇਹਨਾਂ ਦੀ ਹੋਂਦ ਹੈ। ਤਾਂ ਸਤਿਗੁਰੂ ਕਹਿੰਦੇ ਕਿ ਪਵਨ ਆਰੰਭ, ਸ੍ਰਿਸ਼ਟੀ ਦੀ ਆਰੰਭ ਪਵਨ ਹੈ ਅਤੇ ਪਵਨ ਅਕਾਲ ਪੁਰਖ ਦੀ ਖੇਡ ਹੈ। ਸਤਿਗੁਰ ਮਤ ਵੇਲਾ, ਸਮਾਂ ਉਹ ਚੰਗਾ ਜਦੋਂ ਬੰਦਾ ਆਪਣੇ ਸਤਿਗੁਰੂ ਦੀ ਮਤ ਨੂੰ ਗ੍ਰਹਿਣ ਕਰਦਾ। ਸ਼ਬਦ ਗੁਰੂ, ਮੇਰਾ ਗੁਰੂ ਕੇਵਲ ਅਤੇ ਕੇਵਲ ਸ਼ਬਦ ਹੈ ਜੋ ਧੁਰ ਕੀ ਬਾਣੀ ਹੈ, ਜੋ ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ। ਸੁਰਤ ਧੁਨ ਚੇਲਾ, ਜਿਹੜੀ ਮੇਰੀ ਸੁਰਤੀ ਹੈ ਧੁਨੀ ਰੂਪ ਵਿੱਚ ਹੋ ਕੇ ਸ਼ਬਦ ਦੀ ਮਰੀਦ ਬਣਦੀ ਹੈ। ਅਸੀਂ ਦੇਖੋ ਪਾਠ ਕਰਦੇ ਹੋਈਏ, ਨਿਤਨੇਮ ਕਰੀਏ, ਸਿਮਰਨ ਕਰੀਏ, ਕੀਰਤਨ ਸਰਵਣ ਕਰੀਏ, ਅਖੰਡ ਪਾਠ ਸਾਹਿਬ ਬੈਠ ਕੇ ਸੁਣੀਏ, ਅਸੀਂ ਆਪਣੀ ਸੁਰਤੀ ਨੂੰ ਸ਼ਬਦ ਨਾਲ ਜੋੜਦੇ ਹਾਂ। ਇੱਥੋਂ ਤੱਕ ਕੋਈ ਬੰਦਾ ਵੀ ਜੇ ਆਪਣੇ ਪ੍ਰਵਚਨ ਦਿੰਦਾ, ਅਸੀਂ ਉਹਦੇ ਵੀ ਸ਼ਬਦ ਸੁਣਦੇ ਹਾਂ। ਤਾਂ ਸ਼ਬਦ ਆਪਣੇ ਆਪ ਵਿੱਚ ਇੱਕ ਸ਼ਕਤੀ ਹੈ, ਸ਼ਬਦ ਪ੍ਰਕਾਸ਼ ਹੈ, ਸ਼ਬਦ ਗੁਰੂ ਹੈ, ਸ਼ਬਦ ਗੋਸ਼ਟੀ ਹੈ, ਸ਼ਬਦ ਸੰਵਾਦ ਹੈ, ਸ਼ਬਦ ਗਿਆਨ ਹੈ, ਸ਼ਬਦ ਹੀ ਭਰੋਸਾ ਹੈ, ਸ਼ਬਦ ਹੀ ਵਿਸ਼ਵਾਸ ਹੈ, ਸ਼ਬਦ ਹੀ ਵਿਵੇਕ ਹੈ, ਸ਼ਬਦ ਹੀ ਹਰੇਕ ਥਾਂ 'ਤੇ ਸਾਡੇ ਨਾਲ ਹੈ। ਜਲ ਨਹੀਂ ਡੋਬੈ ਤਸਕਰ ਨਹੀਂ ਲੇਵੈ ਭਾਹੇ ਨਾ ਸਾਕੈ ਜਲ ਹੈ, ਗੁਰ ਕਾ ਬਚਨ ਵਸੈ ਜੀ ਨਾਲੇ। ਗੁਰੂ ਦਾ ਬਚਨ ਸ਼ਬਦ ਹੈ, ਜਿਹਨੂੰ ਪਾਣੀ ਡਬੋ ਨਹੀਂ ਸਕਦਾ, ਅੱਗ ਸਾੜ ਨਹੀਂ ਸਕਦੀ, ਚੋਰ ਚਰਾ ਨਹੀਂ ਸਕਦਾ। ਅਸੀਂ ਕਿਤੇ ਵੀ ਵਿਚਰੀਏ, ਸਾਡਾ ਆਤਮਕ ਵਿਸ਼ਵਾਸ ਗੁਰੂ ਦੀ ਬਾਣੀ ਹੈ। ਇਸ ਲਈ ਸਾਡੇ ਰੱਖਿਆ ਦੇ ਸ਼ਬਦ, ਦੁੱਖ ਭੰਜਨੀ ਸ਼ਬਦ, ਉਹ ਕੋਈ ਕਰਮ ਕਾਂਡ ਨਹੀਂ ਆ, ਉਹ ਸਾਡੇ ਵਿਸ਼ਵਾਸ ਨੂੰ ਪਰਪੱਕ ਕਰਦੇ ਨੇ। ਕਿਉਂਕਿ ਭਾਵੇਂ ਸਾਡੇ ਕਹਿ ਦਿੰਦੇ ਵੀ ਮਾਲਾ ਫੇਰਨੀ ਹੈ ਸਾਡਾ ਕੰਮ ਨਹੀਂ, ਪਰ ਮਾਲਾ ਵੀ ਇੱਕ ਜਾਗਰਤੀ ਦਾ ਮੰਤਰ ਹੈ, ਬੰਦੇ ਨੂੰ ਇੱਕ ਲਾਉਣ ਦਾ ਢੰਗ ਹੈ ਕਿ ਮਾਲਾ ਦੇ ਨਾਲ ਵੀ ਉਹ ਵਾਹਿਗੁਰੂ ਦਾ ਸਿਮਰਨ ਕਰਦਾ, ਇੱਕ ਸੁਰ ਹੁੰਦਾ। ਇਹ ਮਾਧਿਅਮ ਨੇ, ਮਾਧਿਅਮ ਵਿੱਦਿਆ ਦੇਣ ਦੇ ਵੀ ਮਾਧਿਅਮ ਨੇ। ਊਠ ਦੀ ਫਿਲਮ ਬਣਾ ਕੇ ਕਿਹਾ ਬੋਲ ਊੜਾ ਊਠ, ਏ ਫਾਰ ਐਪਲ, ਐਪਲ ਨੂੰ ਵੇਖ ਕੇ ਏ ਯਾਦ ਆ ਗਿਆ, ਊਠ ਨੂੰ ਵੇਖ ਕੇ ਊੜਾ ਯਾਦ ਆ ਗਿਆ। ਇਹ ਵਿੱਦਿਆ ਵਿੱਚ ਇੱਕ ਸਿਖਾਉਣ ਦਾ ਢੰਗ ਹੈ। ਇਸ ਲਈ ਪਹਿਲੇ ਜਾਮੇ 'ਚ ਸਤਿਗੁਰਾਂ ਨੇ ਸ਼ਬਦ ਦੀ ਸ਼ਕਤੀ, ਸ਼ਬਦ ਦੀ ਮਹਿਮਾ ਦਾ ਵਰਣਨ ਕੀਤਾ। ਗੁਰ ਸੰਗਤ ਬਾਣੀ ਬਿਨਾਂ ਦੂਜੀ ਓਟ ਨਹੀਂ ਹੈ ਰਾਈ। ਸਤਿਗੁਰੂ ਕਹਿੰਦੇ ਗੁਰੂ ਦੇ ਸ਼ਬਦ ਅਤੇ ਸੰਗਤ ਤੋਂ ਬਿਨਾਂ ਹੋਰ ਕੋਈ ਓਟ ਵੀ ਨਹੀਂ। ਇਸ ਲਈ ਗੁਰੂ ਨਾਨਕ ਪਾਤਸ਼ਾਹ ਜੀ ਨੇ ਉਦਾਸੀਆਂ ਦੇ ਦੌਰਾਨ ਬਹੁਤ ਸਾਰੇ ਭਗਤਾਂ ਦੀ ਬਾਣੀ ਇਕੱਤਰਿਤ ਕੀਤੀ। ਬਾਬਾ ਫਰੀਦ ਜੀ ਤਾਂ ਕਿਤੇ 13ਵੀਂ ਸਦੀ 'ਚ ਹੋਏ ਨੇ, 1273 ਈਸਵੀ। ਭਗਤ ਜੈਦੇਵ ਬੰਗਾਲ ਵਿੱਚ 1270 ਈਸਵੀ ਦਾ ਉਹਨਾਂ ਦਾ ਜਨਮ ਪ੍ਰਕਾਸ਼ ਹੈ। ਸਤਿਗੁਰਾਂ ਨੇ ਉਦਾਸੀਆਂ ਦੇ ਦੌਰਾਨ ਜਿੰਨੀ ਵੀ ਇਹ ਅਧਿਆਤਮਵਾਦੀ ਬਾਣੀ ਸੀ, ਇਹ ਭਗਤਾਂ ਦੀ ਫਕੀਰਾਂ ਦੀ ਇਕੱਤਰਿਤ ਕੀਤੀ। ਇਸ ਲਈ ਕਿ ਜਿਹੜਾ ਇਹ ਨਿਰਮਲ ਪੰਥ ਹੈ, ਇਹਨੇ ਆਪਣੀ ਹੋਂਦ ਤਦ ਵਜੂਦ ਆਪਣੇ ਨੂੰ ਕਾਇਮ ਰੱਖਣਾ ਕਿ ਜਿਹੜਾ ਕੋਈ ਧਰਮ ਹੁੰਦਾ ਉਹਦਾ ਇੱਕ ਕੇਂਦਰੀ ਸਥਾਨ, ਉਹਦੀ ਫਿਲਾਸਫੀ ਦਾ ਧਰਮ ਗ੍ਰੰਥ ਹੋਏਗਾ ਅਤੇ ਉਹ ਜੁਗਾਂ ਜਗੰਤਰਾਂ ਤੱਕ ਰਹਿ ਸਕਦਾ। ਅਤੇ ਦਸਾਂ ਜਾਮਿਆਂ 'ਚ ਸਤਿਗੁਰਾਂ ਨੇ ਕੌਤਕ ਵਰਤਾਏ ਕਿ ਉਹ ਸਾਰੀ ਬਾਣੀ
ਆਪਣੀ ਵੀ ਔਰ ਭਗਤਾਂ ਦੀ ਵੀ ਅਤੇ ਸਤਿਗੁਰੂ ਇਹਨੂੰ ਸਾਥ ਰੱਖਦੇ ਸਨ। ਭਾਈ ਗੁਰਦਾਸ ਜੀ ਨੇ ਲਿਖਿਆ ਆਸਾ ਹੱਥ ਕਿਤਾਬ ਕੱਛ, ਕਿਉਂਕਿ ਅਰਬੀ ਵਿੱਚ ਚੰਗੇ ਤੋਂ ਚੰਗਾ ਸ਼ਬਦ ਕਿਤਾਬ ਹੈ, ਅਹਿਲੇ ਕਿਤਾਬ ਸਾਡੀ ਭਾਸ਼ਾ 'ਚ ਹੈ ਗ੍ਰੰਥ ਸਾਹਿਬ, ਉੱਥੇ ਪਵਿੱਤਰ ਸ਼ਬਦ ਕਿਤਾਬ ਹੀ ਹੈ। ਜਿਹੜੀ ਪਵਿੱਤਰ ਕਿਤਾਬ ਉਹਨੂੰ ਅਹਿਲੇ ਕਿਤਾਬ ਕਹਿ ਲੈਂਦੇ, ਉੱਥੇ ਪੁਸਤਕ ਜਾਂ ਗ੍ਰੰਥ ਸ਼ਬਦ ਉਹਨਾਂ ਦੀ ਭਾਸ਼ਾ 'ਚ ਨਹੀਂ ਹੈ। ਆਸਾ ਕਹਿੰਦੇ ਸੀ ਸੋਟੇ ਨੂੰ, ਗੁਰੂ ਨਾਨਕ ਪਾਤਸ਼ਾਹ ਦੇ ਹੱਥ ਵਿੱਚ ਸੋਟਾ ਵੀ ਹੈ ਅਤੇ ਕਿਤਾਬ ਜਿਹੜੀ ਹੈ ਜਿਹ 'ਚ ਬਾਣੀ ਰਚੀ ਹੈ ਉਹ ਵੀ ਉਹਨਾਂ ਦੇ ਪਾਸ ਹੈ। ਅਸੀਂ ਕਈ ਵਾਰੀ ਕਹਿੰਦੇ ਕਿ ਛੇਵੇਂ ਜਾਮੇ ਵਿੱਚ ਜਿਹੜਾ ਪੀਰੀ ਮੀਰੀ ਦਾ ਸੰਕਲਪ ਹੈ, ਪਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਸੋਟਾ ਵੀ ਸ਼ਸਤਰ ਰੂਪ ਹੈ, ਇਹ ਠੀਕ ਆ, ਤੇਗ ਰੂਪ ਛੇਵੇਂ ਜਾਮੇ 'ਚ ਧਾਰਨ ਕਰਦਾ ਅਤੇ ਸਤਿਗੁਰੂ ਪੀਰੀ ਮੀਰੀ ਦੇ ਸੁਮੇਲ ਨਾਲ ਚੱਲਦੇ ਨੇ। ਉਹ ਬਾਣੀ ਜਿਹੜੀ ਪੁਸਤਕ ਰੂਪ ਵਿੱਚ ਹੈ, ਪੋਥੀ ਰੂਪ ਵਿੱਚ ਹੈ, ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਗ੍ਰਿਆਈ ਬਖਸ਼ਿਸ਼ ਕਰਕੇ ਉਹ ਬਾਣੀ ਦੀ ਪੋਥੀ ਵੀ ਨਾਲ ਦਿੱਤੀ। ਉਹ ਪੀੜ੍ਹੀ ਦਰ ਪੀੜ੍ਹੀ ਦੂਸਰੇ ਜਾਮੇ ਵਿੱਚ ਸਤਿਗੁਰਾਂ ਦੇ ਸਲੋਕ ਨੇ ਜਿਹੜੇ ਆਸਾ ਦੀ ਵਾਰ ਵਿੱਚ ਵੀ ਦਰਜ ਨੇ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ। ਆਸਾ ਦੀ ਵਾਰ ਦਾ ਜਾਪ ਵੀ ਭਾਈ ਲਹਿਣਾ ਜੀ ਨੇ ਕਰਤਾਰਪੁਰ ਸਾਹਿਬ ਵਿਖੇ ਸ਼ੁਰੂ ਕੀਤਾ। ਜਪਜੀ ਸਾਹਿਬ ਅੰਮ੍ਰਿਤ ਵੇਲੇ ਪਾਠ, ਗੁਰੂ ਨਾਨਕ ਪਾਤਸ਼ਾਹ ਜੀ ਨੇ ਮਰਿਆਦਾ ਬੱਧੀ ਸ਼ਾਮ ਨੂੰ ਸੋ ਦਰ, ਫਿਰ ਆਰਤੀ ਦੇ ਸ਼ਬਦ, ਫਿਰ ਤੀਸਰੇ ਜਾਮੇ ਤੱਕ ਆ ਕੇ ਉਹ ਪੋਥੀ ਵਿੱਚ ਬਾਣੀ ਸ਼ਾਮਿਲ ਹੁੰਦੀ ਗਈ, ਫਿਰ ਚੌਥੇ ਜਾਮੇ ਵਿੱਚ ਸਤਿਗੁਰਾਂ ਨੇ ਬਾਣੀ ਰਚੀ। ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇਹ ਸਾਰੀ ਬਾਣੀ ਦਾ ਸੰਕਲਨ ਅਤੇ ਸੰਪਾਦਨ ਕੀਤਾ। ਸੰਕਲਨ ਹੁੰਦਾ ਜੋੜ ਇਕੱਠ ਕਰਨਾ ਅਤੇ ਸੰਪਾਦਨ ਹੁੰਦਾ ਤਰਤੀਬ ਦੇਣੀ। ਇਹੋ ਜਿਹਾ ਗ੍ਰੰਥ ਹਿੰਦੁਸਤਾਨੀ ਸੱਭਿਆਚਾਰ ਵਿੱਚ ਕਿਤੇ ਵੀ ਸੰਪਾਦਿਤ ਨਹੀਂ ਹੋਇਆ ਜਿਹਦੇ ਵਿੱਚ ਇੱਕ ਰਾਗਾਂ ਦੀ ਵੀ ਫਲਾਸਫੀ ਹੈ। ਪਹਿਲਾਂ ਰਾਗ ਮੁਕਤ ਬਾਣੀ ਹੈ ਜਪਜੀ ਸਾਹਿਬ, ਫਿਰ ਸੋਦਰ 13 ਅੰਕ ਤੱਕ ਸੋਹਿਲਾ ਬਾਣੀ, ਫਿਰ ਸ੍ਰੀ ਰਾਗ ਦੀ ਸ਼ੁਰੂਆਤ ਹੈ। ਸ੍ਰੀ ਰਾਗ ਸ਼ਾਮ ਨੂੰ ਰਾਗ ਗਾਈਦਾ, ਜਦੋਂ ਦਿਨ ਛਿਪਦਾ ਸ੍ਰੀ ਰਾਗ ਦੀ ਇੱਕ ਮਰਿਆਦਾ। ਅਤੇ ਤੀਵਾਂ ਰਾਗ ਪੰਜਵੇਂ ਪਾਤਸ਼ਾਹ ਵੇਲੇ ਪ੍ਰਭਾਤੀ ਰਾਗ ਸੀ, ਪ੍ਰਭਾਤ ਹੁੰਦਾ ਜਦੋਂ ਸਵੇਰ ਹੋ ਜਾਂਦੀ ਹੈ ਅਤੇ ਪਹੁ ਫਟਾਲੇ 'ਚ ਜਿਹੜਾ ਰਾਗ ਗਾਈਦਾ ਉਹ ਪ੍ਰਭਾਤੀ ਰਾਗ ਹੈ। ਇਹਦੀ ਬੜੀ ਪਿਆਰੀ ਫਲਾਸਫੀ ਹੈ ਵੀ ਜ਼ਿੰਦਗੀ ਦੇ ਅੱਗੇ ਹਨੇਰਾ ਹੈ ਅਤੇ ਦੀਵਾ ਵੱਟੀ ਕਰਨਾ ਸ਼ਾਮ ਨੂੰ ਸਵਾਣੀਆਂ ਕਰਦੀਆਂ ਸਨ ਕਿਉਂਕਿ ਘਰਾਂ 'ਚ ਪ੍ਰਬੰਧ ਲਾਈਟ ਦਾ, ਅਤੇ ਸ੍ਰੀ ਰਾਗ ਇੱਕ ਸੰਬੋਲਿਕ ਹੈ ਕਿ ਜ਼ਿੰਦਗੀ ਦੇ ਹਨੇਰੇ ਵਿੱਚੋਂ ਜੇ ਤੁਸੀਂ ਅੱਗੇ ਪਾਰ ਲੰਘਣਾ ਅਤੇ ਪ੍ਰਬੰਧ ਕਰੋ। ਅਤੇ ਪ੍ਰਭਾਤੀ ਰਾਗ ਜਦੋਂ ਤੁਸੀਂ ਪ੍ਰਬੰਧ ਕਰਕੇ ਚੁੱਲਦੇ ਹੋ ਅਤੇ ਜ਼ਿੰਦਗੀ 'ਚ ਪ੍ਰਭਾਤ ਆਉਂਦੀ ਆ, ਚਾਨਣ ਆਉਂਦਾ, ਰੋਸ਼ਨੀ ਆਉਂਦੀ ਆ। ਜਿਹੜਾ 31ਵਾਂ ਰਾਗ ਜੈ ਜੈਵੰਤੀ ਹੈ ਇਹ 9ਵੇਂ ਪਾਤਸ਼ਾਹ ਦੀ ਰਚਨਾ ਅਤੇ 10ਵੇਂ ਪਾਤਸ਼ਾਹ ਜੀ ਨੇ ਦਮਦਮਾ ਸਾਹਿਬ ਵਿਖੇ 31ਵਾਂ ਰਾਗ ਦਰਜ ਕੀਤਾ। ਜੈ ਜੈਵੰਤੀ ਰਾਗ ਜਿਹੜੇ ਬੀਕਾਨੇਰ ਰਾਜਸਥਾਨ ਦੇ ਕਬੀਲੇ ਆ ਇਹਨਾਂ ਦਾ ਇਹ ਰਾਗ ਸੀਗਾ। ਜਦੋਂ ਇਹ ਆਪਣੇ ਯੋਧੇ ਨੂੰ ਤੋਰਦੇ ਸਨ ਜੰਗ ਵਾਸਤੇ, ਇਹ ਜੈ ਜੈਵੰਤੀ ਦੀ ਧੁਨ ਵਜਾਉਂਦੇ ਸਨ ਵੀ ਜਾਂ ਇਹ ਜੰਗ ਜਿੱਤ ਕੇ ਆਏਗਾ ਜਾਂ ਸ਼ਹੀਦ ਹੋ ਕੇ ਆਏਗਾ, ਇਹ ਜਿੱਤ ਦਾ ਰਾਗ ਹੈ। ਜੇ ਉਹ ਜਿੱਤ ਕੇ ਆਇਆ ਤਾਂ ਵੀ ਜੈ ਜੈਵੰਤੀ ਦੀਆਂ ਧੁਨਾਂ ਉਹਨਾਂ ਨੇ ਗਾਉਣੀਆਂ, ਅਤੇ ਜੇ ਉਹ ਸ਼ਹੀਦ ਹੋ ਕੇ ਆ ਗਿਆ ਤਾਂ ਵੀ ਜੈ ਜੈਵੰਤੀ ਦੀਆਂ ਵੀ ਇਹਦੀ ਜੈ ਜੈਕਾਰ ਹੋਈ ਹੈ। ਇਹ ਜਦੋਂ 31 ਰਾਗਾਂ ਦੀ ਇੱਕ ਆਪਣੀ ਫਲਾਸਫੀ ਹੈ, ਫਿਰ ਇਹਦੇ 'ਚ ਭਗਤਾਂ ਦੀ ਬਾਣੀ ਦੀ ਤਰਤੀਬ, ਭੱਟਾਂ ਦੀ ਬਾਣੀ ਦੀ ਤਰਤੀਬ, ਫਿਰ ਸਤਿਗੁਰਾਂ ਨੇ ਇਹਨੂੰ ਪੋਥੀ ਪਰਮੇਸ਼ਰ ਕਾ ਥਾਨ ਕਿਹਾ ਵੀ ਇਹ ਜਿਹੜੀ ਪੋਥੀ ਆ ਬਾਣੀ ਦੀ ਇਹ ਪਰਮੇਸ਼ਰ ਦਾ ਸਥਾਨ ਹੈ। ਅਤੇ ਇਹਦਾ ਪਹਿਲਾ ਪ੍ਰਕਾਸ਼ ਹਰਿਮੰਦਰ ਸਾਹਿਬ ਵਿਖੇ ਹੋਇਆ, ਪਹਿਲੇ ਗ੍ਰੰਥੀ ਬਾਬਾ ਬੁੱਢਾ ਜੀ। ਇਹ ਵੀ ਇੱਕ ਫਲਸਫਾ ਹੈ ਕਿ ਹਿੰਦੁਸਤਾਨ ਵਿੱਚ ਗ੍ਰੰਥ ਪੜ੍ਹਨ ਵਾਲੀ ਇੱਕ ਜਮਾਤ ਹੁੰਦੀ ਸੀ, ਉਹ ਕਿਸੇ ਹੋਰ ਨੂੰ ਪੜ੍ਹਨ ਦਾ ਅਧਿਕਾਰ ਨਹੀਂ ਸੀ ਹੁੰਦਾ। ਬਾਬਾ ਬੁੱਢਾ ਜੀ ਇੱਕ ਜ਼ਿਮੀਂਦਾਰ ਪਰਿਵਾਰ ਵਿੱਚੋਂ ਨੇ, ਜਿਹੜੀਆਂ ਦੇ ਉੱਤੇ ਬੜੀ ਰਹਿਮਤ ਆ ਕਿ ਪਹਿਲੇ ਜਾਮੇ ਤੋਂ ਲੈ ਕੇ 6ਵੇਂ ਜਾਮੇ ਤੱਕ ਸਤਿਗੁਰਾਂ ਦੇ ਜਿਨ੍ਹਾਂ ਦਰਸ਼ਨ ਕੀਤੇ, ਜਿਹੜੇ ਗੁਰਿਆਈ ਵਿੱਚ ਸ਼ਾਮਿਲ ਹੁੰਦੇ ਰਹੇ, ਅਤੇ ਸਤਿਗੁਰਾਂ ਨੂੰ ਇਹ ਸੀ ਵੀ ਇਹ ਏਡੇ ਵੱਡੇ ਮਹਾਨ ਗ੍ਰੰਥ ਵਿੱਚੋਂ ਵਾਕ ਕੌਣ ਲਵੇ, ਪਹਿਲਾ ਗ੍ਰੰਥੀ ਕੌਣ ਹੋਵੇ, ਤਾਂ ਉਹ ਬੰਦਗੀ ਵਾਲੀ ਰੂਹ ਬਾਬਾ ਬੁੱਢਾ ਜੀ ਸਨ। ਇਹ ਇੱਕ ਭਾਰਤੀ ਪਰੰਪਰਾ ਵਿੱਚ ਇੱਕ ਨਵਾਂਪਣ ਸੀ ਨਿਰਮਲ ਪੰਥ ਦਾ ਕਿ ਇਹ ਖਾਨਦਾਨ ਕੋਈ ਗ੍ਰੰਥ ਪੜ੍ਹਨ ਵਾਲੇ ਨਹੀਂ ਹੈ, ਅਤੇ ਜਿਹੜਾ ਅਧਿਕਾਰ ਕਿਸੇ ਦਾ ਜੰਮਿਆ ਹੋਇਆ ਉਹਨੂੰ ਤੋੜਨਾ ਵੀ ਸੌਖਾ ਨਹੀਂ ਹੁੰਦਾ, ਕਿਉਂਕਿ ਗ੍ਰੰਥਾਂ 'ਤੇ ਅਧਿਕਾਰ ਲੋਕ ਜਮਾ ਕੇ ਬੈਠੇ ਸਨ। ਉਹ ਬੰਦਾ ਤਾਂ ਬੱਸ ਦੇ ਵਿੱਚ 2 ਘੰਟੇ ਸਫ਼ਰ ਕਰ ਲਏ ਨਾ, ਉਤਰਨ ਲੱਗਾ ਸੀਟ 'ਤੇ ਰੁਮਾਲ ਰੱਖ ਜਾਂਦਾ, ਬੈਗ ਰੱਖ ਜਾਂਦਾ, ਜੇ 5-7 ਘੰਟੇ ਕਰੇ ਤਾਂ ਉਹਦੀ ਕੋਸ਼ਿਸ਼ ਹੁੰਦੀ ਵੀ ਸੀਟ ਵੀ ਨਾਲ ਹੀ ਲੈ ਜਾਂ ਵੀ ਮੈਂ ਮੱਲੀ ਹੋਈ ਹੈ।
ਬੰਦੇ ਦਾ ਅਧਿਕਾਰ ਤਾਂ ਇਹੋ ਜਿਹਾ, ਚਾਰ ਦਿਨ ਕਮਰੇ 'ਚ ਰਹਿ ਜੇ ਦੂਜੇ ਨੂੰ ਕਮਰੇ 'ਚ ਨਹੀਂ ਵੜਨ ਦਿੰਦਾ, ਕਹਿੰਦਾ ਮੇਰਾ। ਸਾਨੂੰ ਵੀ ਪਤਾ ਇਹ ਕਿਰਾਏ 'ਤੇ ਬਿਲਡਿੰਗ ਲਈ ਆ, ਸਾਨੂੰ ਲੱਗਦਾ ਇਹ ਬੈੱਡ ਰਜਾਈਆਂ ਸਾਡੇ ਹੀ ਆ, ਭਾਵੇਂ ਕੱਲ੍ਹ ਨੂੰ ਛੱਡ ਕੇ ਚਲੇ ਜਾਣਾ। ਇਹ ਬੰਦੇ ਦੇ ਸੁਭਾਅ ਦਾ ਹਿੱਸਾ। ਇਹ ਜਿਹੜੀ ਮਿੱਥ ਸੀ ਦੁਨੀਆ ਦੀ, ਇਹ ਸਤਿਗੁਰਾਂ ਨੇ ਤੋੜੀ। ਪਹਿਲਾ ਵਾਕ ਆਇਆ ਸੂਹੀ ਮਹੱਲਾ ਪੰਜਵਾਂ, ਸੰਤਾਂ ਕੇ ਕਾਰਜ ਆਪ ਖਲੋਇਆ, ਕੰਮ ਕਰਾਵਣ ਆਇਆ ਰਾਮ, ਧਰਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਇਹ ਸੰਤਾਂ ਦਾ ਕਾਰਜ ਸੀ, ਇਹ ਸਵਾਸ ਸਵਾਸ ਸਿਮਰਨ ਕਰਨ ਵਾਲੀਆਂ ਬੰਦਗੀ ਵਾਲੀਆਂ ਰੂਹਾਂ ਦਾ ਕਾਰਜ ਸੀਗਾ ਜਿਹੜਾ ਅਕਾਲ ਪੁਰਖ ਨੇ ਆਪ ਕੀਤਾ। ਫਿਰ ਵੱਡਾ ਸਵਾਲ ਸੀ ਵੀ ਐਡੇ ਵੱਡੇ ਮਹਾਨ ਗ੍ਰੰਥ ਦਾ ਸੁੱਖ ਆਸਣ ਕਿੱਥੇ ਕੀਤਾ ਜਾਵੇ। ਇਹ ਸਾਡੇ ਇਤਿਹਾਸ ਵਿੱਚ ਆਉਂਦਾ, ਜਿਸ ਸਥਾਨ 'ਤੇ ਪੰਜਵੇਂ ਪਾਤਸ਼ਾਹ ਜੀ ਆਸਣ 'ਤੇ ਬਿਰਾਜਮਾਨ ਹੁੰਦੇ ਸਨ ਪਲੰਘ ਉੱਤੇ, ਪੰਚਮ ਪਾਤਸ਼ਾਹ ਜੀ ਨੇ ਰਾਤ ਦੇ ਸਮੇਂ ਆਪ ਧਰਤੀ 'ਤੇ ਚਾਦਰ ਵਿਛਾ ਕੇ ਲੇਟੇ, ਉਸ ਪਲੰਘ ਉੱਤੇ ਆਦਿ ਗ੍ਰੰਥ ਦਾ ਸੁੱਖ ਆਸਣ ਕੀਤਾ। ਇਹ ਇੱਕ ਸੰਬੋਲਿਕ ਸੀ ਕਿ ਹੇ ਗੁਰੂ ਦੇ ਸਿੱਖੋ, ਇਸ ਗ੍ਰੰਥ ਦਾ ਬਾਣੀ ਦਾ ਸਤਿਕਾਰ ਇੰਨਾ ਕਰਨਾ, ਕਿਉਂਕਿ ਅਕਾਲੀ ਬਾਣੀ ਹੈ, ਤੁਰਕੀ ਬਾਣੀ ਹੈ, ਅਲਾਹੀ ਬਾਣੀ ਹੈ, ਇਹਨੂੰ ਉੱਚੇ ਸਥਾਨਾਂ 'ਤੇ ਸੁਭਾਏਮਾਨ ਹੋਣਾ ਕਰਨਾ, ਤੁਸੀਂ ਨਿਮਰਤਾ ਸਹਿਤ ਨੀਵੇਂ ਸਥਾਨ 'ਤੇ ਬੈਠਣਾ, ਕਿਉਂਕਿ ਬਾਣੀ ਦਾ ਸਤਿਕਾਰ ਰੱਖਣਾ ਹਰ ਸਿੱਖ ਦਾ ਧਰਮ ਹੈ। ਜੇ ਪੰਚਮ ਪਾਤਸ਼ਾਹ ਮਹਾਰਾਜ ਜਿਹੜੇ ਖੁਦ ਗੁਰੂ ਨੇ, ਜਿਹੜੇ ਦੋਹਤਾ ਬਾਣੀ ਕਾ ਬੋਹਥਾ, ਬਾਣੀ ਦੇ ਜਹਾਜ਼ ਨੇ, ਜਿਨ੍ਹਾਂ ਨੇ ਇੰਨੀ ਮਹਾਨ ਰਚਨਾ ਸੁਖਮਣੀ ਸਾਹਿਬ ਬਾਰਾਂਵਾਂ, ਮਾਝ ਮਹੱਲਾ ਪੰਜਵਾਂ, ਸਭ ਤੋਂ ਵਧੀਕ ਬਾਣੀ ਮਹੱਲਾ ਪੰਜਵਾਂ ਦੀ ਹੈ, ਜੇ ਉਹ ਸਤਿਗੁਰੂ ਬਾਣੀ ਦਾ ਇੰਨਾ ਸਤਿਕਾਰ ਕਰਦੇ ਹੈ ਕਿ ਉਹ ਆਪਣਾ ਆਸਣ ਛੱਡ ਕੇ ਧਰਤੀ 'ਤੇ ਲੇਟਦੇ। ਅੱਜ ਵੀ ਸਾਡੀ ਮਰਿਆਦਾ, ਜਦੋਂ ਹਰਿਮੰਦਰ ਸਾਹਿਬ ਤੋਂ ਮਹਾਰਾਜ ਦਾ ਸਰੂਪ ਕੋਠਾ ਸਾਹਿਬ ਵਿਖੇ ਜਾਂਦਾ ਤਾਂ ਉੱਥੇ ਪਲੰਘ ਉੱਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸੁੱਖ ਆਸਣ ਹੁੰਦਾ। ਇੱਕ ਯਾਦ ਵਿੱਚ ਚਾਦਰ ਧਰਤੀ 'ਤੇ ਵਿਛਾਈ ਜਾਂਦੀ ਹੈ ਵੀ ਸਿੱਖ ਨੇ ਇੰਨੀ ਨਿਮਰਤਾ ਨਾਲ ਗੁਰੂ ਅੱਗੇ ਰਹਿਣਾ ਅਤੇ ਗੁਰੂ ਦਾ ਸਤਿਕਾਰ ਇੰਨਾ ਉੱਚਾ ਰੱਖਣਾ, ਇਹ ਗੁਰੂ ਨੇ ਸਾਨੂੰ ਪੂਰਨੇ ਪਾ ਕੇ ਦੱਸਿਆ। ਔਰ ਜਦੋਂ ਹਰਿਮੰਦਰ ਸਾਹਿਬ ਦੀ ਸਿਰਜਣਾ ਹੋਈ, ਕਿਉਂਕਿ ਭਾਰਤੀ ਜਿੰਨੇ ਮੰਦਰ ਨੇ ਇਹਨਾਂ ਦੀਆਂ ਦਿਸ਼ਾਵਾਂ ਵੰਡੀਆਂ ਹੋਈਆਂ, ਕਿਉਂਕਿ ਦਿਸ਼ਾ ਨੂੰ ਪਹਿਲ ਦਿੰਦੇ ਨੇ, ਕਿਸੇ ਦੇ ਪੂਰਬ ਵੱਲੀ ਦਿਸ਼ਾ ਚੰਗੀ ਹੈ, ਕਿਸੇ ਦੀ ਪੱਛਮ ਵੱਲੀ ਦਿਸ਼ਾ ਚੰਗੀ ਹੈ, ਪਰ ਇਹ ਰੱਬ ਦਾ ਘਰ ਹੈ, ਹਰ ਕਹਿੰਦੇ ਰੱਬ ਨੂੰ। ਵੈਸੇ ਹਰ ਦੇ 44 ਅਰਥ ਨੇ, ਵੀ ਇੱਕ ਪੁਰਾਣੀ ਸਾਡੀ ਮਾਨ ਸਿੰਘ ਝੌਰ ਸੁਣਾਉਂਦੇ ਹੁੰਦੇ ਸਨ ਵੀ ਕਿਸੇ ਨੇ ਕਵਿਤਾ ਸੁਣਾਈ ਵੀ ਇਹਦੇ ਅਰਥ ਦੱਸੋ, ਹਰ ਬੋਲਿਓ, ਹਰ ਸੁਣਿਓ, ਹਰ ਗਿਓ, ਹਰ ਕੇ ਪਾਸ, ਹਰ ਤੋਂ ਹਰ ਮੈਂ ਮਿਲ ਗਿਓ, ਹਰ ਉੱਠ ਚੱਲਿਓ ਨਿਰਾਸ਼। ਅਤੇ ਮੇਰੇ ਵਰਗੇ ਨੇ ਅਰਥ ਕਰਦੇ ਵੀ ਇਹਦੇ ਅਰਥ ਕੀ ਕਰਾਂ, ਹਰ ਬੋਲਿਆ, ਹਰ ਨੇ ਸੁਣ ਲਿਆ, ਹਰ ਹਰ ਦੇ ਕੋਲ ਗਿਆ, ਹਰ ਹਰ 'ਚ ਮਿਲ ਗਿਆ, ਹਰ ਨਿਰਾਸ਼ ਹੋ ਕੇ ਮੁੜ ਗਿਆ। ਇਹ ਡੱਡੂ ਅਤੇ ਸੱਪ ਦੀ ਕਹਾਣੀ ਆ। ਇੱਥੇ ਹੈਗਾ ਹਰ ਬੋਲਿਓ, ਹਰ ਦਾ ਅਰਥ ਹੈ ਡੱਡੂ, ਇੱਕ ਹਰ ਦਾ ਅਰਥ ਡੱਡੂ ਆ, ਹਰ ਬੋਲਿਓ, ਹਰ ਸੁਣਿਓ, ਦੂਜੇ ਹਰ ਦਾ ਅਰਥ ਹੈ ਸੱਪ, ਸੱਪ ਨੇ ਸੁਣ ਲਿਆ, ਹਰ ਗਿਓ ਹਰ ਕੇ ਪਾਸ, ਸੱਪ ਡੱਡੂ ਨੂੰ ਖਾਣ ਵਾਸਤੇ ਦੌੜਿਆ ਦੌੜਿਆ ਗਿਆ, ਹਰ ਤੋਂ ਹਰਮੇ ਮਿਲ ਗਿਓ, ਇੱਕ ਹਰ ਦਾ ਅਰਥ ਫੇਰ ਡੱਡੂ ਆ, ਦੂਜੇ ਹਰ ਦਾ ਅਰਥ ਪਾਣੀ ਆ, ਅਤੇ ਡੱਡੂ ਨੇ ਪਾਣੀ 'ਚ ਛਾਲ ਮਾਰਤੀ, ਹਰ ਉੱਠ ਚੱਲਿਓ ਨਿਰਾਸ਼, ਅਤੇ ਸੱਪ ਜਿਹੜਾ ਨਿਰਾਸ਼ ਹੋ ਕੇ ਮੁੜ ਗਿਆ। ਹਰ ਦੇ ਮਹਾਨ ਕੋਸ਼ ਵਿੱਚ 44 ਅਰਥ ਦਿੱਤੇ ਨੇ, ਸ਼ਿਵਾ ਦੇ 16 ਅਰਥ ਦਿੱਤੇ ਨੇ, ਭਗਵਤੀ ਦੇ 6 ਅਰਥ ਦਿੱਤੇ ਨੇ। ਇਹ ਸਮਅਰਥ ਦੇ ਵਿੱਚ, ਜਿਵੇਂ ਆਪਾਂ ਪਾਣੀ ਨੂੰ ਵਾਟਰ ਵੀ ਕਹਿੰਦੇ ਹਾਂ, ਜਲ ਵੀ ਕਹਿੰਦੇ ਹਾਂ, ਫਾਰਸੀ ਵਿੱਚ ਆਬ ਵੀ ਕਹਿੰਦੇ ਹਾਂ, ਪੰਜ ਆਬ, ਪੰਜਾਂ ਪਾਣੀਆਂ ਦੀ ਧਰਤੀ, ਇਹ ਕਈ ਕਈ ਅਰਥ ਸ਼ਬਦਾਂ ਦੇ ਬਣਦੇ ਨੇ। ਸਤਿਗੁਰਾਂ ਨੇ ਹਰਿਮੰਦਰ ਸਾਹਿਬ ਦੀ ਸਿਰਜਣਾ ਉਸ ਸਮੇਂ ਵਿੱਚ ਇਹੋ ਜਿਹਾ ਧਰਮ ਸਥਾਨ ਵੀ ਕੋਈ ਨਹੀਂ ਬਣਿਆ ਜਿਹੜਾ ਜਲ ਦੇ ਵਿਚਕਾਰ ਹੋਵੇ ਅਤੇ ਜਿਹਦੇ ਚਾਰ ਦਰਵਾਜ਼ੇ ਇਸ ਤਰ੍ਹਾਂ ਹੋਣ। ਸਾਈਂ ਮੀਆਂ ਮੀਰ ਜੀ ਕੋਲੋਂ ਨੀਂਹ ਰਖਾਈ ਗਈ ਤਾਂ ਕਿ ਧਰਮਾਂ ਦਾ ਵਿਤਕਰਾ ਮਿਟ ਜਾਏ, ਵੀ ਕੇਵਲ ਕਿਸੇ ਇੱਕ ਮਜ਼ਹਬ ਦਾ ਮੰਦਰ ਨਹੀਂ। ਚਾਰ ਦਰਵਾਜ਼ੇ ਇਸ ਲਈ ਰੱਖੇ ਗਏ ਕਿ ਦੁਨੀਆ ਕੋਈ ਪੂਰਬ ਨੂੰ ਚੰਗਾ ਸਮਝਦੀ, ਕੋਈ ਪੱਛਮ ਨੂੰ, ਕੋਈ ਉੱਤਰ ਨੂੰ, ਕੋਈ ਦੱਖਣ ਨੂੰ। ਜਿਹੜਾ ਗੁਰੂ ਨਾਨਕ ਦਾ ਨਿਰਮਲ ਪੰਥ ਹੈ, ਇਹ ਸਾਰੀਆਂ ਦਿਸ਼ਾਵਾਂ ਨੂੰ ਹੀ ਪਵਿੱਤਰ ਜਾਣਦਾ, ਕਿਉਂਕਿ ਅਕਾਲ ਹਰ ਇੱਕ ਦੇ ਹਿਰਦੇ ਵਿੱਚ ਹੈ। ਜੇ ਪਰਮਾਤਮਾ ਹਰ ਇੱਕ ਦੇ ਹਿਰਦੇ ਵਿੱਚ ਹੈ, ਹਰ ਦਿਸ਼ਾ ਵਿੱਚ ਹੈ। ਸਿੱਖ ਨੇ ਭਰਮ ਤੋੜਿਆ, ਹਰਿਮੰਦਰ ਸਾਹਿਬ ਦੀ ਸਿਰਜਣਾ ਕੋਈ ਸਧਾਰਨ ਗੱਲ ਨਹੀਂ, ਸਿੱਖ ਨੇ ਦਿਸ਼ਾਵਾਂ ਦਾ ਭਰਮ ਵੀ ਤੋੜਿਆ ਅਤੇ ਚਾਰ ਦਰਵਾਜ਼ੇ ਸਾਰਿਆਂ ਵਰਨਾਂ ਵਾਸਤੇ ਖੁੱਲ੍ਹੇ, ਅਤੇ ਸਤਿਗੁਰਾਂ ਨੇ ਸਿਰਜ ਕੇ ਫਿਰ ਸ਼ਬਦ ਰਚਿਆ ਪੰਜਵੇਂ ਪਾਤਸ਼ਾਹ ਜੀ ਨੇ, ਡਿੱਠੇ ਸਭੇ ਥਾਵ ਨਹੀਂ ਤੁੱਧ ਜਿਹਾ। ਸਤਿਗੁਰੂ ਕਹਿੰਦੇ ਬਹੁਤ ਸਥਾਨ ਦੇਖੇ ਨੇ
ਪਰ ਇਸ ਤਰ੍ਹਾਂ ਦਾ ਸਥਾਨ ਕੋਈ ਨਹੀਂ। ਬੱਧੋ ਪੁਰਖ ਵਧਾਤੇ ਤਾਂ ਤੂੰ ਸੋਇਆ, ਤੂੰ ਅਕਾਲ ਪੁਰਖ ਨੇ ਸਿਰਜਿਆ ਹੈ, ਬੱਧਾ ਹੈ, ਬਣਾਇਆ ਹੈ ਤਾਂ ਤੂੰ ਸੋਹਣਾ ਹੈ। ਵਸਦੀ ਸਗਨ ਅਪਾਰ ਅਨੂਪ ਰਾਮਦਾਸ ਪੁਰ, ਹਰ ਹਾਂ ਨਾਨਕ ਕਸਮਲ ਜਾਹੇ ਨਹਾਇਆ ਰਾਮਦਾਸ ਸਰ। ਹਰ ਹਾਂ ਹੁੰਦਾ ਹੇ ਸਖੀ ਜਨੋ, ਜਿੰਨੇ ਦੁੱਖ ਜਾਣਗੇ ਜੇਕਰ ਗੁਰੂ ਰਾਮਦਾਸ ਮਹਾਰਾਜ ਜੀ ਦੇ ਇਸ ਸਰੋਵਰ ਵਿੱਚ ਅਤੇ ਨਾਮ ਰੂਪੀ ਸਰੋਵਰ ਵਿੱਚ। ਵੇਖੋ, ਸਿੱਖ ਦੋ ਇਸ਼ਨਾਨ ਕਰਦਾ ਹਰਿਮੰਦਰ ਸਾਹਿਬ ਜਾ ਕੇ ਵੀ, ਤਨ ਦਾ ਇਸ਼ਨਾਨ ਵੀ ਜ਼ਰੂਰੀ ਹੈ ਅਤੇ ਮਨ ਦਾ ਇਸ਼ਨਾਨ ਉਹ ਬਾਣੀ ਰੂਪੀ ਸਰੋਵਰ 'ਚ ਕਰਦਾ ਅਤੇ ਤਨ ਦਾ ਇਸ਼ਨਾਨ ਪਾਣੀ ਰੂਪੀ ਸਰੋਵਰ 'ਚ ਕਰਦਾ। ਕਈ ਵਾਰੀ ਸਾਡੇ ਸ਼ੰਕਾਵਾਦੀ ਕਹਿੰਦੇ ਜੀ ਨਹਾਉਣ ਦੀ ਲੋੜ ਨਹੀਂ, ਮਨ ਸਾਫ਼ ਹੋਣਾ ਚਾਹੀਦਾ। ਮੈਂ ਕਹਿੰਦਾ ਜੇ ਪਿੰਡੇ 'ਤੇ ਖੁਰਕ ਪਈ ਹੋਵੇ ਤਾਂ ਬਾਣੀ ਕਿਵੇਂ ਪੜ੍ਹ ਲਉਂਗੇ? ਜੇ ਬੰਦਾ ਆਪਦੀਆਂ ਕੱਛਾਂ 'ਚ ਹੀ ਹੱਥ ਮਾਰੀ ਜਾਵੇ, ਮੈਲ ਦਾ ਭਰਿਆ ਹੋਵੇ, ਤਾਂ ਉਹ ਕਿਵੇਂ ਇਕਾਗਰਚਿਤ ਹੋ ਜਾਏਗਾ? ਪਵਿੱਤਰਤਾ ਤਨ ਦੀ ਵੀ ਜ਼ਰੂਰੀ ਆ ਅਤੇ ਮਨ ਦੀ ਵੀ ਜ਼ਰੂਰੀ ਆ। ਇਸ ਲਈ ਇੱਥੇ ਹਰਿਮੰਦਰ ਸਾਹਿਬ ਦੋ ਇਸ਼ਨਾਨ ਕਰਦਾ ਬੰਦਾ, ਪਹਿਲਾਂ ਉਹ ਤਨ ਦਾ ਇਸ਼ਨਾਨ ਵੀ ਕਰਦਾ, ਮਨ ਦਾ ਇਸ਼ਨਾਨ ਵੀ ਕਰਦਾ, ਅਤੇ ਦੋਨਾਂ ਦੀ ਪਵਿੱਤਰਤਾ ਦਾ ਨਾਂ ਹੀ ਜਿਹੜਾ ਇਸ਼ਨਾਨ ਹੈ। ਸਤਿਗੁਰਾਂ ਨੇ ਬਾਣੀ ਵਿੱਚ ਮਤਲਬ ਹਰਿਮੰਦਰ ਇਹ ਸਰੀਰ ਹੈ ਗਿਆਨ ਰਤਨ ਪ੍ਰਗਟ ਹੋਏ, ਇਹ ਸ਼ਬਦ ਵੀ ਆਉਂਦਾ ਵੀ ਰੱਬ ਦਾ ਘਰ ਤੁਹਾਡਾ ਸਰੀਰ ਹੈ, ਜਿਹਦੇ ਕੋਲ ਗਿਆਨ ਰੂਪੀ ਰਤਨ ਹੋਏਗਾ ਪ੍ਰਗਟ ਉਹ ਹੋਏਗਾ। ਹੁਣ ਹਰਿਮੰਦਰ ਸਾਹਿਬ ਦੀ ਤੁਲਨਾ ਸਰੀਰ ਨਾਲ ਵੀ ਕੀਤੀ ਹੈ, ਬਾਡੀ ਨਾਲ ਵੀ ਕੀਤੀ ਹੈ। ਉਹ ਇਸ ਲਈ ਹੈ ਕਿ ਜਿਵੇਂ ਹਰਿਮੰਦਰ ਸਾਹਿਬ ਦੀ ਮਰਿਆਦਾ ਹੈ, ਇੱਥੇ ਬਹੁਤ ਪਵਿੱਤਰਤਾ ਹੈ। ਸਤਿਗੁਰਾਂ ਨੇ ਸੰਬੋਲਿਕ ਦਿੱਤਾ ਕਿ ਆਪਣੇ ਸਰੀਰ ਨੂੰ ਵੀ ਪਵਿੱਤਰ ਰੱਖਣਾ। ਹਰਿਮੰਦਰ ਸਾਹਿਬ ਵਿੱਚ ਸਦੀਵ ਕਾਲ ਅਕਾਲ ਪੁਰਖ ਦੀ ਸਿਫਤੀ ਹੁੰਦੀ ਹੈ, ਇਸ ਸਰੀਰ ਵਿੱਚ ਵੀ ਸਿਫਤੀ ਕਰਦੇ ਰਹਿਣਾ। ਹਰਿਮੰਦਰ ਸਾਹਿਬ ਵਿੱਚ ਕਿਸੇ ਨਾਲ ਵਿਤਕਰਾ ਨਹੀਂ, ਜਾਤ ਦਾ, ਵਰਨ ਦਾ, ਦਿਸ਼ਾ ਦਾ, ਇਸ ਸਰੀਰ ਵਿੱਚ ਵੀ ਕਿਸੇ ਨਾਲ ਵਿਤਕਰਾ ਨਹੀਂ ਰੱਖਣਾ। ਹਰਿਮੰਦਰ ਸਾਹਿਬ ਵਿੱਚ ਸੁਹੱਪਣ ਹੈ, ਸੁੰਦਰਤਾ ਹੈ, ਇਸ ਲਈ ਆਪਣੇ ਸਰੀਰ ਨੂੰ ਵੀ ਸੁਹੱਪਣ ਅਤੇ ਸੁੰਦਰਤਾ ਵਿੱਚ ਰੱਖਣਾ। ਇਹ ਦੋਨਾਂ ਦਾ ਜਿਹੜਾ ਸਮੋਲਕ ਹੈ ਨਾ, ਹਰਿਮੰਦਰ ਇਹ ਸਰੀਰ ਹੈ। ਪਰ ਇੱਕ ਤਾਂ ਸਤਿਗੁਰੂ ਕਹਿੰਦੇ ਹਰਿਮੰਦਰ ਹਰ ਜੀਓ ਸਾਜਿਆ, ਇਹ ਰੱਬ ਦਾ ਘਰ ਰੱਬ ਨੇ ਹੀ ਸਾਜਿਆ। ਪਰ ਇੱਕ ਕਹਿੰਦੇ ਹਰਿਮੰਦਰ ਇਹ ਸਰੀਰ ਹੈ, ਇਹ ਸਰੀਰ ਵੀ ਰੱਬ ਦਾ ਘਰ ਹੈ, ਕਿਉਂਕਿ ਇਸ ਸਰੀਰ ਵਿੱਚ ਵੀ ਪਰਮਾਤਮਾ ਵੱਸਦਾ ਅਤੇ ਉਸ ਰੱਬ ਦੇ ਘਰ ਵਿੱਚ ਵੀ ਪਰਮਾਤਮਾ ਵੱਸਦਾ। ਜੋ ਮਰਿਆਦਾ ਉੱਥੋਂ ਦੀ ਹੈ ਉਹ ਤੇਰੇ ਸਰੀਰ ਵਿੱਚ ਵੀ ਹੋਵੇ। ਇਹ ਬੜੀ ਇੱਕ ਡੂੰਘੀ ਫਿਲਾਸਫੀ ਸਤਿਗੁਰਾਂ ਨੇ ਬਖਸ਼ਿਸ਼ ਕੀਤੀ। ਇਹ ਪ੍ਰਕਾਸ਼ ਪੋਥੀ ਪਰਮੇਸ਼ਰ ਕਾ ਥਾਨ ਜਾਂ ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ ਤਾਂ ਮੇਰੇ ਮਨ ਪਿਆ ਨਿਧਾਨਾ। ਨਿਧਾਨਾ ਹੁੰਦਾ ਵੀ ਮੇਰੇ ਮਨ ਗਦ ਗਦ ਹੋ ਉੱਠਿਆ, ਮੇਰੀ ਫੁਰਨੇ, ਮੇਰੀ ਸੋਚ। ਇਹ ਸਾਡੇ ਬਾਬਿਆਂ ਦਾ, ਪਿਓ ਦਾਦਿਆਂ ਦਾ ਉਹ ਮਹਾਨ ਖਜ਼ਾਨਾ ਜਿਹੜਾ 1270 ਤੋਂ ਲੈ ਕੇ ਭਗਤ ਜੈਦੇਵ ਜੀ ਤੋਂ ਲੈ ਕੇ ਅਤੇ 1675 ਨੌਵੇਂ ਪਾਤਸ਼ਾਹ ਦੀ ਸ਼ਹਾਦਤ ਹੈ, ਨੌਵੇਂ ਪਾਤਸ਼ਾਹ ਦੀ ਬਾਣੀ ਉਹਦੇ 'ਚ ਦਰਜ ਹੈ। ਇੰਨੇ ਸਦੀਆਂ ਦਾ ਇਹ ਜਿਹੜਾ ਅਧਿਆਤਮਿਕ ਮੰਡਲ ਦੀਆਂ ਰਚਨਾਵਾਂ ਨੇ ਇਹ ਇਹਦੇ ਵਿੱਚ ਦਰਜ ਨੇ। ਔਰ ਇਹ ਜਿਹੜੇ ਪੀਰੀਅਡ ਦੇ ਵਿੱਚ ਜੋ ਜੋ ਹੋਇਆ, ਜਿਵੇਂ ਭਾਸ਼ਾ ਆਈ, ਜਿਵੇਂ ਇਹ ਰੂਹਾਨੀ ਮੰਡਲ ਦੀਆਂ ਖੇਡਾਂ ਖੇਡੀਆਂ ਗਈਆਂ, ਅਤੇ ਇਹ 36 ਮਹਾਂਪੁਰਖਾਂ ਦੀ ਬਾਣੀ ਜਿਹੜੀ ਹੈ ਇਹਦੇ ਵਿੱਚ ਦਰਜ ਹੋਈ। ਔਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਜਦ ਤੱਕ ਸੰਪਾਦਨ ਨਹੀਂ ਸੀ ਹੋਇਆ ਤਾਂ ਸਾਡੇ ਗੁਰਦੁਆਰਿਆਂ ਦਾ ਨਾਂ ਸੀ ਧਰਮਸ਼ਾਲਾ, ਵੀ ਇਹ ਧਰਮ ਦੀ ਸ਼ਾਲਾ। ਭਾਈ ਗੁਰਦਾਸ ਜੀ ਨੇ ਘਰ ਘਰ ਅੰਦਰ ਧਰਮਸ਼ਾਲ ਹੋਵੇ, ਕੀਰਤਨ ਸਦਾ ਵਸੋਆ। ਜਦੋਂ ਗੁਰੂ ਦੇ ਸਰੂਪ ਪ੍ਰਕਾਸ਼ਮਾਨ ਹੋਏ ਫਿਰ ਸ਼ਬਦ ਹੋ ਗਿਆ ਗੁਰਦੁਆਰਾ ਸਾਹਿਬ। ਇਹ ਸ਼ਬਦ ਪਰਿਵਰਤਿਤ ਹੁੰਦੇ ਨੇ। ਜਦੋਂ 6ਵੇਂ ਪਾਤਸ਼ਾਹ ਤਖ਼ਤ ਬਣਾਉਂਦੇ ਤਾਂ ਉਹਦਾ ਨਾਂ ਹੈ ਅਕਾਲ ਬੁੰਗਾ, ਅੱਜ ਹੈ ਸ੍ਰੀ ਅਕਾਲ ਤਖ਼ਤ ਸਾਹਿਬ। ਭਾਸ਼ਾ ਵੀ ਪਰਿਵਰਤਿਤ ਹੁੰਦੀ ਆ, ਜਾਂ ਜਿੰਨੇ ਸਤਿਕਾਰਤ ਸ਼ਬਦ ਹਰ ਧਰਮ ਵਿੱਚ ਆਉਂਦੇ ਨੇ, ਅਤੇ ਸਾਡੇ ਧਰਮ ਵਿੱਚ ਬਹੁਤ ਸਤਿਕਾਰਤ ਸ਼ਬਦ ਖਾਲਸਾ ਹੀ ਬੋਲੇ, ਬੜਾ ਕੁਝ ਨਵਾਂ ਰੂਪ ਆਇਆ। ਇਸ ਲਈ 6ਵੇਂ 7ਵੇਂ 8ਵੇਂ ਜਾਮੇ ਤੱਕ ਮਹਾਰਾਜ ਦਾ ਜਿੱਥੇ ਜਿੱਥੇ ਪ੍ਰਕਾਸ਼ ਹੋਇਆ, ਫਿਰ 9ਵੇਂ ਪਾਤਸ਼ਾਹ ਦੀ ਬਾਣੀ 10ਵੇਂ ਪਾਤਸ਼ਾਹ ਨੇ ਦਮਦਮਾ ਸਾਹਿਬ ਵਿਖੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਦਰਜ ਕੀਤੀ। ਭਾਈ ਮਨੀ ਸਿੰਘ ਜੀ ਨੇ ਲਿਖੀ, ਬਾਬਾ ਦੀਪ ਸਿੰਘ ਜੀ ਨੇ, ਜਿੰਨਾ ਵੀ ਇਹ ਸਿਆਹੀ ਕਲਮ ਕਾਗਜ਼ ਦਾ ਪ੍ਰਬੰਧ ਕਰਨ ਵਾਲੇ ਵੀ ਗੁਰਸਿੱਖ ਹੁੰਦੇ ਸਨ, ਬਾਬਾ ਦੀਪ ਸਿੰਘ ਜੀ ਨੇ ਫਿਰ 4 ਬੀੜਾਂ ਜਿਹੜੀਆਂ ਹੱਥ ਨਾਲ ਲਿਖੀਆਂ। ਇਹ ਸਾਡੀ ਇਤਿਹਾਸ ਵਿੱਚ ਹੈ ਕਿ 4 ਤਖ਼ਤਾਂ 'ਤੇ ਫਿਰ ਜਿੱਥੇ ਜਿੱਥੇ ਪਟਨਾ ਸਾਹਿਬ ਸੰਗਤ ਸੀ, ਹਜ਼ੂਰ ਸਾਹਿਬ ਸੀ,
ਅੰਮ੍ਰਿਤਸਰ ਸੀ, ਕੇਸਗੜ੍ਹ ਸਾਹਿਬ ਸੀ, ਇੱਥੇ ਇੱਕ ਬੜੀ ਵੱਡੀ ਸੇਵਾ ਗਿਣੀ ਜਾਂਦੀ ਸੀ ਕਿਉਂਕਿ ਉਦੋਂ ਸਾਡੇ ਕੋਲ ਆ ਮੀਡੀਆ ਤਾਂ ਹੈ ਨਹੀਂ ਸੀ, ਪ੍ਰਿੰਟ ਮੀਡੀਆ, ਇਹ ਗੁੱਟ ਕੇ ਲਿਖ ਕੇ ਬਾਣੀ ਲਿਖ ਕੇ ਦੂਸਰਿਆਂ ਨੂੰ ਦੇਣੀ, ਗੁਰੂ ਗ੍ਰੰਥ ਸਾਹਿਬ ਦਾ ਸਰੂਪ ਹੱਥਾਂ ਨਾਲ ਲਿਖਣਾ, ਇਹ ਬਹੁਤ ਵੱਡੀ ਬਖਸ਼ਿਸ਼ ਜਿਹਦੇ 'ਤੇ ਹੁੰਦੀ ਸੀ, ਜਿਹਦੀ ਹੱਥ ਲਿਖਤ ਬੜੀ ਸੁੰਦਰ ਹੋਣੀ, ਉਹਨੇ ਸੇਵਾ ਕਰਨੀ। ਇਸ ਲਈ ਬਾਬਾ ਦੀਪ ਸਿੰਘ ਜੀ ਵੀ ਸੰਤ ਸਿਪਾਹੀ ਨੇ ਜਿਨ੍ਹਾਂ ਨੇ ਗੁਰੂ ਸਾਹਿਬ ਦਸਮ ਪਾਤਸ਼ਾਹ ਦੀ ਸੰਗਤ ਮਾਣੀ, ਫਿਰ ਮਹਾਰਾਜ ਦੇ ਸਰੂਪ ਲਿਖ ਕੇ ਜਗ੍ਹਾ ਜਗ੍ਹਾ ਭੇਜੇ। ਅੰਤਲੇ ਸਮੇਂ ਜਿਹੜੀ ਗੁਰਿਆਈ ਆ, ਕਲਗੀਧਰ ਪਾਤਸ਼ਾਹ ਮਹਾਰਾਜ ਕਿਉਂਕਿ ਸਮਰੱਥ ਨੇ, ਜਿਨ੍ਹਾਂ ਨੂੰ ਜੋ ਇਸ ਸੰਸਾਰ ਉੱਤੇ ਧਰਮ ਚਲਾਵਨ, ਸੰਤ ਉਬਾਰਨ, ਦੁਸ਼ਟ ਸਵਨ ਕੋ ਮੂਲ ਉਪਾਰਨ, ਮੈਂ ਹੋਂ ਪਰਮ ਪੁਰਖ ਕੋ ਦਾਸਾ, ਦੇਖਣ ਆਇਓ ਜਗਤ ਤਮਾਸ਼ਾ। ਇਸ ਜਗਤ ਦਾ ਇਹ ਰੰਗ ਢੰਗ ਤਮਾਸ਼ਾ ਜੋ ਵਾਪਰ ਰਿਹਾ ਦੇਖ ਕੇ, ਜਦ ਅੰਤਲਾ ਸਮਾਂ ਆਇਆ, ਸਤਿਗੁਰਾਂ ਨੇ ਗੁਰਿਆਈ ਜਿਹੜੀ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਬਖਸ਼ਿਸ਼ ਕੀਤੀ। ਜਿਹੜਾ ਆਪਾਂ ਦੋਹਰਾ ਪੜ੍ਹਿਆ ਸੀ, ਇਹ ਦੋਹਰਾ ਕਿਸੇ ਸਮੇਂ ਵੱਡਾ ਵੀ ਪੜ੍ਹਿਆ ਜਾਂਦਾ ਸੀ, ਖੰਡਾ ਜਾਂ ਕੇ ਹਾਥ ਮੈਂ, ਕਲਗੀ ਸੋ ਹੈ ਸੀਸ, ਸੋ ਹਮਰੀ ਰਕਸ਼ਾ ਕਰੇ ਕਲਗੀ ਧਰ ਜਗਦੀਸ਼। ਜਿਹਦੇ ਹੱਥ ਵਿੱਚ ਖੰਡਾ ਹੈ, ਜਿਹਦੇ ਸੀਸ 'ਤੇ ਕਲਗੀ ਸੋਂਦੀ ਹੈ, ਉਹ ਸਾਡੀ ਸਦਾ ਰੱਖਿਆ ਕਰਦਾ। ਜਿਹੜਾ ਕਲਗੀ ਧਰ ਜਗਦੀਸ਼ ਹੁੰਦਾ, ਜਗਤ ਦਾ ਈਸ਼, ਜਗਤ ਦਾ ਜਿਹੜਾ ਅਕਾਲ ਹੈ, ਵਾਹਿਗੁਰੂ ਹੈ, ਸ਼ਕਤੀ ਹੈ, ਉਹ ਜਗਦੀਸ਼ ਸ਼ਬਦ ਵੀ ਆਇਆ। ਪਰ ਸਤਿਗੁਰਾਂ ਨੇ ਹੁਕਮ ਕੀਤਾ ਖਾਲਸੇ ਨੂੰ ਕਿ ਜੋ ਮੈਨੂੰ ਮਿਲਣਾ ਚਾਹੁੰਦਾ ਉਹ ਸ਼ਬਦ ਦੀ ਖੋਜ ਕਰੇ, ਸ਼ਬਦ ਦਾ ਸਿਮਰਨ ਕਰੇ, ਸ਼ਬਦ ਦਾ ਅਧਿਐਨ ਕਰੇ, ਸ਼ਬਦ ਦੀ ਵਿਆਖਿਆ ਕਰੇ, ਆਪਣੇ ਸ਼ੰਕਿਆਂ ਦੀ ਨਿਵਰਤੀ ਕਰੇ। ਪਰਚਾ ਸ਼ਬਦ ਦਾ ਮਤਲਬ ਵੀ ਇਹੋ ਹੀ ਹੈ। ਜਦੋਂ ਪ੍ਰੀਖਿਆ ਆਉਂਦੀ ਹੈ, ਸਾਡੇ ਮਨ 'ਚ ਸ਼ੰਕੇ ਆਉਂਦੇ ਨੇ, ਸਾਡਾ ਗੁਰੂ ਸ਼ਬਦ ਹੈ, ਅਸੀਂ ਸ਼ਬਦ ਕੋਲੋਂ ਸਿੱਖਿਆ ਲੈਂਦੇ ਹਾਂ, ਫਿਰ ਇਹ ਜਿਹੜਾ ਸਾਡੀ ਮਰਿਆਦਾ ਵਿੱਚ, ਕਿਉਂਕਿ ਇਹ ਜਿੰਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਤਿਕਾਰ ਦੇ ਜਿੰਨੇ ਵੀ ਚਾਨਣੀ ਲਾਉਣੀ, ਚੰਦੋਆ ਤਾਨਣਾ, ਉੱਚਾ ਸੰਘਾਸਨ ਬਣਾਉਣਾ, ਹਿੰਦੁਸਤਾਨ ਵਿੱਚ ਜਿਹੜਾ ਬਾਦਸ਼ਾਹ ਹੁੰਦਾ ਸੀ, ਜੋ ਉਹਦਾ ਰਹਿਣ ਸਹਿਣ ਦਾ ਢੰਗ ਹੁੰਦਾ ਸੀ, ਉੱਚੇ ਤਖ਼ਤ 'ਤੇ ਸੁਭਾਏਮਾਨ ਹੋਣਾ, ਗੁਰੂ ਪੰਥ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਉੱਚੇ ਸਥਾਨ 'ਤੇ ਕੀਤਾ ਜਾਂਦਾ, ਉੱਤੇ ਚੰਦੋਆ ਲਾਉਣਾ, ਇਹ ਇੱਕ ਬਾਦਸ਼ਾਹੀ ਦਾ ਪ੍ਰਤੀਕ ਹੈ। ਜਿਹੜਾ ਚੌਰ ਹੈ, ਇਹ ਵੀ ਹਮੇਸ਼ਾ ਬਾਦਸ਼ਾਹ ਨੂੰ ਕਰਨ ਵਾਲੇ ਉਹਦੇ ਦਰਬਾਰੀ ਹੁੰਦੇ ਸਨ, ਕਿਉਂਕਿ ਸਾਡਾ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ, ਸਾਰਿਆਂ ਸ਼ਾਹਾਂ ਦਾ ਸ਼ਾਹ ਹੈ। ਇਸ ਲਈ ਜਿਹੜੀ ਚੌਰ ਸਾਹਿਬ ਦੀ ਮਰਿਆਦਾ ਹੈ, ਇਹ ਸਾਡੀ ਪਾਤਸ਼ਾਹੀ ਦਾ ਪ੍ਰਤੀਕ ਹੈ ਕਿ ਇਹ ਸਾਡਾ ਪਾਤਸ਼ਾਹ ਸੰਘਾਸਣ 'ਤੇ ਸੁਭਾਏਮਾਨ ਹੈ। ਉਸ ਪਾਤਸ਼ਾਹ ਦੀ ਦਰਬਾਰ ਵਿੱਚ ਸ਼ਸਤਰ ਵੀ ਨੇ, ਕਿਉਂਕਿ ਅਸੀਂ ਸੰਤ ਸਿਪਾਹੀ ਦੀ ਕੌਮ ਹੈ, ਪੀਰੀ ਅਤੇ ਮੀਰੀ ਦਾ ਸੁਮੇਲ ਹੈ। ਇਸ ਲਈ ਤੁਸੀਂ ਜਿੱਥੇ ਵੀ ਜਾਓਗੇ, ਤਖ਼ਤਾਂ ਦੇ ਉੱਤੇ ਇੱਕ ਮਰਿਆਦਾ ਅਰਦਾਸ, ਸ੍ਰੀ ਸਾਹਿਬ ਹੱਥ ਵਿੱਚ ਪਕੜ ਕੇ ਫੇਰ ਅਰਦਾਸ ਕੀਤੀ ਜਾਂਦੀ ਹੈ ਅਤੇ ਨਗਾਰਾ ਵੱਜਦਾ। ਔਰ ਜਿਹੜੀ ਸਾਡੀ ਸੰਗਤੀ ਅਰਦਾਸ ਹੈ, ਉਹ ਅਸੀਂ ਉਹਦਾ ਇੱਕ ਵੱਖਰਾ ਰੂਪ ਆ, ਅਸੀਂ ਹੱਥ ਜੋੜ ਕੇ ਅਰਦਾਸੀਆ ਸਿਮਰਨ ਕਰਦਾ, ਅਰਦਾਸ ਕਰਦਾ। ਤਖ਼ਤਾਂ ਦੀ ਮਰਿਆਦਾ 'ਚ ਨਗਾਰਾ ਅਤੇ ਸ੍ਰੀ ਸਾਹਿਬ ਹੋਏਗਾ, ਸ਼ਸਤਰਾਂ ਦਾ ਪ੍ਰਦਰਸ਼ਨ ਹੋਏਗਾ। ਇਸ ਲਈ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਵਿੱਚ ਸ਼ਸਤਰ ਹਰ ਥਾਂ ਸੁਭਾਏਮਾਨ ਹੋਣਗੇ, ਖੰਡਾ ਹੋਏਗਾ, ਸ੍ਰੀ ਸਾਹਿਬ ਹੋਏਗੀ, ਇੱਥੇ ਵੀ ਸ਼ਸਤਰ ਨੇ, ਕਿਉਂਕਿ ਸਾਡਾ ਪਾਤਸ਼ਾਹ, ਪਾਤਸ਼ਾਹ ਦੇ ਦਰਬਾਰ ਵਿੱਚ ਚੌਰ ਬਰਦਾਰ ਵੀ ਨੇ, ਸੇਵਾ ਕਰਨ ਵਾਲੇ ਵੀ ਨੇ, ਸੰਘਾਸਣ ਵੀ ਹੈ। ਵੱਡਾ ਤੇਰਾ ਦਰਬਾਰ ਸੱਚਾ ਤੁਧ ਤਖ਼ਤ, ਤੇਰਾ ਦਰਬਾਰ ਵੀ ਵੱਡਾ, ਤੇਰਾ ਤਖ਼ਤ ਵੀ ਉੱਚਾ ਹੈ। ਬਾਦਸ਼ਾਹਾਂ ਦੀ ਇੱਕ ਰਵਾਇਤ ਸੀ ਵੀ ਜਿਹੜਾ ਉਹਨੂੰ ਮਿਲਣ ਆਉਂਦਾ ਸੀ, ਉਹ ਟਕਾ ਮੱਥਾ ਟੇਕ ਕੇ ਫਿਰ ਬਾਦਸ਼ਾਹ ਵੱਲ ਪਿੱਠ ਨਹੀਂ ਸੀ ਕਰਦਾ। ਅਜੇ ਵੀ ਕਈ ਗੁਰਸਿੱਖ ਪਿਆਰੇ ਮੱਥਾ ਟੇਕ ਕੇ ਪਿੱਠ ਨਹੀਂ ਕਰਨਗੇ, ਇਸ ਤਰ੍ਹਾਂ ਜਾਂਦੇ ਜਾਂਦੇ ਦਰਵਾਜ਼ੇ ਥਾਣੀ ਚਲੇ ਜਾਂਦੇ। ਪੁਰਾਣੇ ਬਜ਼ੁਰਗਾਂ 'ਚ ਕਈਆਂ 'ਚ ਜੇ ਰਵਾਇਤ ਹੈ, ਚਲੋ ਇਹਨੂੰ ਮੈਂ ਕੋਈ ਜੇ ਮੱਥਾ ਪਾਉਣ 'ਚ ਟੇਕ ਕੇ ਤੁਰ ਵੀ ਪੈਂਦੇ, ਇਹਨੂੰ ਮੈਂ ਕੋਈ ਗਲਤ ਨਹੀਂ ਕਹਿੰਦਾ, ਜਨਰਲ ਗੱਲ ਕਰਨਾ। ਉਹ ਜਿਹੜਾ ਬਾਦਸ਼ਾਹ ਦਾ ਸਤਿਕਾਰ ਕਰਨਾ, ਉਹ ਗੁਰੂ ਪੰਥ ਨੇ ਕਾਇਮ ਰੱਖਿਆ ਕਿ ਸਾਡੀ ਰਹਿਤ ਮਰਿਆਦਾ ਵਿੱਚ ਹੈ ਕਿ ਖਾਲੀ ਹੱਥ ਮੱਥਾ ਨਹੀਂ ਟੇਕਣਾ, ਟਕਾ ਜ਼ਰੂਰ ਗੁਰੂ ਦੇ ਦਰਬਾਰ 'ਚ ਭੇਟ ਕਰਨਾ। ਅੱਜ ਜਿੰਨੇ ਬਾਕੀ ਧਰਮ ਨੇ, ਬਹੁਤ ਸਾਰਿਆਂ ਨਾਲ ਸਾਡੀ ਗੋਸ਼ਟੀ ਵੀ ਹੁੰਦੀ ਹੈ। ਜੈਨੀਆਂ ਦਾ ਇੱਕ ਪ੍ਰਧਾਨ ਹੈ, ਕੁਦੀ ਲੰਡਨ ਤੋਂ ਆ ਰਿਹਾ ਸੀ, ਮੇਰਾ ਰਾਹ 'ਚ ਹੀ ਮਿੱਤਰ ਬਣ ਗਿਆ। ਮੈਨੂੰ ਕਹਿੰਦਾ ਵੀ ਤੁਹਾਡੀ ਮਰਿਆਦਾ ਬਹੁਤ ਵਧੀਆ, ਸਾਡੇ ਕੋਲ ਮੰਦਰ ਤਾਂ ਬੜੇ ਨੇ, ਖੋਣ ਨੂੰ ਕੁਝ ਵੀ ਨਹੀਂ,
ਤੁਸੀਂ ਭਾਵੇਂ ਰੁਪਈਆ ਰੁਪਈਆ ਦਸ ਦਸ ਰੁਪਈਆ ਕੌਮ ਮੱਥਾ ਟੇਕਦੀ ਹੈ, ਤੁਸੀਂ ਹਰ ਥਾਂ ਲੰਗਰ ਵੀ ਲਾ ਲੈਂਦੇ ਹੋ, ਕਿਤੇ ਸੁਨਾਮੀ ਆ ਜੇ, ਭੁਚਾਲ ਆ ਜੇ, ਤੁਸੀਂ ਲੱਖਾਂ ਕਰੋੜਾਂ ਰੁਪਈਏ ਲੋਕਾਂ ਨੂੰ ਸਹਾਇਤਾ ਵੀ ਕਰ ਦਿੰਦੇ ਹੋ। ਸਾਡੇ ਜਿੰਨੇ ਬਾਕੀ ਧਰਮਾਂ ਦੇ ਮੰਦਰ ਨੇ, ਮਸਜਿਦਾਂ ਨੇ, ਸਾਡੇ ਕੋਲ ਕੁਛ ਵੀ ਨਹੀਂ ਹੈ, ਕਿਉਂਕਿ ਉਹਨਾਂ ਦੀ ਮਰਿਆਦਾ 'ਚ ਹੀ ਹੈ ਨਹੀਂ। ਅਸੀਂ ਜਿਹੜੀ ਬਾਦਸ਼ਾਹੀ ਵਾਲੀ ਮਰਿਆਦਾ ਰੱਖੀ ਹੈ, ਅਸੀਂ ਜਿਹੜੇ ਉੱਚੇ ਸੰਘਾਸਣ ਰੱਖੇ ਆ, ਇਹ ਤਾਂ ਗੁਰੂ ਪੰਥ ਦੀ ਬੜੀ ਚੜ੍ਹਦੀ ਕਲਾ ਦਾ ਪ੍ਰਤੀਕ ਹੈ ਕਿ ਅਸੀਂ ਭਾਵੇਂ ਇੱਕ ਇੱਕ ਡਾਲਰ ਹੀ ਮੱਥਾ ਟੇਕੀਏ, ਪਰ ਸਾਡੀ ਜਿਹੜੀ ਸ਼ਕਤੀ ਇੰਨੀ ਵੱਡੀ ਹੈ ਕਿ ਸਾਡੀਆਂ ਸੰਸਥਾਵਾਂ ਕੋਲ ਪੈਸਾ ਹੈ, ਪੈਸਾ ਹੈ ਤਾਂ ਅਸੀਂ ਕਿਸੇ ਗਰੀਬ ਦੀ ਮਦਦ ਕਰ ਸਕਦੇ ਹਾਂ, ਅਸੀਂ ਕਿਸੇ ਦੀ ਸਹਾਇਤਾ ਕਰ ਸਕਦੇ ਹਾਂ। ਔਰ ਹਿੰਦੁਸਤਾਨ ਦੀ 135 ਕਰੋੜ ਦੀ ਆਬਾਦੀ ਹੈ, ਜੇ ਕਿਤੇ ਸੁਨਾਮੀ ਆਉਂਦੀ ਹੈ, ਕਿਤੇ ਕੋਈ ਭੁਚਾਲ ਆਉਂਦਾ, ਤਾਂ ਸਾਰੇ ਕੱਛਾਂ 'ਚ ਹੱਥ ਦੇ ਕੇ ਬਹਿ ਜਾਂਦੇ ਵੀ ਕੀ ਕਰੀਏ। ਅਤੇ ਦਰਬਾਰ ਸਾਹਿਬ ਤੋਂ ਟਰੱਕਾਂ ਦੇ ਟਰੱਕ ਲੱਦ ਕੇ ਸ਼੍ਰੋਮਣੀ ਕਮੇਟੀ ਉਹਨਾਂ ਦੀ ਮਦਦ ਲਈ ਭੇਜਦੀ ਆ, ਕਿਉਂਕਿ ਆਪਣੀ ਜਿਹੜੀ ਮਰਿਆਦਾ ਬਾਦਸ਼ਾਹ ਵਾਲੀ ਆ, ਉਹਨੇ ਸਾਨੂੰ ਬਾਦਸ਼ਾਹ ਬਣਾਇਆ ਹੋਇਆ। ਕਈ ਲੋਕ ਨੁਕਤਾਚੀਨੀ ਕਰਦੇ ਰਹਿੰਦੇ ਆ ਵੀ ਪੈਸਿਆਂ ਦੀ ਲੜਾਈ ਆ, ਨਹੀਂ ਗੁਰੂ ਪਿਆਰਿਓ, ਬੜੇ ਬੜੇ ਗੁਰਦੁਆਰਿਆਂ ਨੇ ਮੱਥੇ ਪਾਏ ਆ, ਉਹ ਗਰੀਬ ਬੱਚਿਆਂ ਦੀ ਵਿੱਦਿਆ 'ਤੇ ਵੀ ਪੈਸਾ ਖਰਚਦੇ ਨੇ, ਕੁਝ ਗੋਲਕਾਂ ਲੁਧਿਆਣੇ ਚੰਡੀਗੜ੍ਹ 'ਚ ਲੱਗੀਆਂ ਵੀ, ਇੰਨਾ ਦਸਵੰਧ ਗਰੀਬ ਬੱਚਿਆਂ ਦੀ ਵਿੱਦਿਆ 'ਤੇ ਵੀ ਲਾਈਏ, ਜਿਹੜੇ ਸਿੱਖ ਬੱਚੇ ਨੇ, ਕੁਝ ਸਨਾਤਨ ਜਿਹੜੇ ਸੁਨਾਮੀ ਨੇ, ਜਿਹੜੇ ਇੱਧਰਲੇ ਹੋਰ ਕਨਵਰਟ ਹੋਏ ਨੇ, ਉਹਨਾਂ ਨੂੰ ਵੀ ਆਪਾਂ ਮਦਦ ਕਰੀਏ। ਕੁਝ ਗਰੀਬ ਪਰਿਵਾਰਾਂ 'ਚ ਜੇ ਬੱਚੀਆਂ ਦੀ ਸ਼ਾਦੀ ਨਹੀਂ ਹੁੰਦੀ, ਆਪਾਂ ਪੈਸਾ ਉਹ 'ਤੇ ਖਰਚੀਏ। ਫੁੱਲਾਂ ਬੂਟਿਆਂ 'ਤੇ ਵੀ ਬਾਬਾ ਸੇਵਾ ਸਿੰਘ ਜੀ ਹੋਰੀ ਦੁਨੀਆ ਭਰ ਵਿੱਚ ਹਰਿਆਵਲ ਪੈਦਾ ਕਰਦੇ ਨੇ, ਤਾਂ ਆਫਟਰਆਲ ਕਿਤੋਂ ਮਦਦ ਤਾਂ ਹੋਣੀ ਆ। ਇਹ ਬਹੁਤ ਚੰਗੇ ਕਾਰਜਾਂ 'ਤੇ ਵੀ ਮਾਇਆ ਲੱਗਦੀ ਹੈ, ਐਸੀ ਗੱਲ ਨਹੀਂ ਆ। ਮਤਲਬ ਕਈ ਵਾਰੀ ਬੰਦਾ ਐਵੇਂ ਨੈਗੇਟਿਵ ਸੋਚੀ ਜਾਂਦਾ, ਨਾ ਵਾਚੀ ਵੀ ਪਤਾ ਨਹੀਂ ਪੈਸੇ ਦੀ ਦੁਰਵਰਤੋਂ ਹੋ ਜਾਏਗੀ ਤੇ, ਪਰ ਦੂਜੀ ਗੱਲ ਇਹ ਵੀ ਹੈ, ਇਹ ਪੈਸੇ 'ਚ ਇੰਨੀ ਸ਼ਕਤੀ ਹੁੰਦੀ ਹੈ ਵੀ ਜੇ ਕੋਈ ਬੇਈਮਾਨੀ ਕਰਕੇ ਇਸ ਪੈਸੇ ਦੀ ਵਰਤੋਂ ਕਰੂਗਾ ਨਾ, ਉਹਦਾ ਭਲਾ ਵੀ ਕਿਤੇ ਨਹੀਂ ਹੁੰਦਾ। ਮਤ ਕੋਈ ਸੋਚੇ ਵੀ ਗੁਰੂ ਦੀ ਗੋਲਕ ਨੂੰ ਸੰਨ ਲਾ ਲਈ ਆ, ਇਹ ਪੈਸਾ ਹਰ ਬੰਦੇ ਨੇ ਅਰਦਾਸ ਕਰਕੇ ਗੁਰੂ ਨੂੰ ਦਿੱਤਾ, ਅਤੇ ਜਿਹੜਾ ਗੁਰੂ ਦੀ ਗੋਲਕ 'ਚੋਂ ਠੂੰਗਾ ਮਾਰੇਗਾ ਉਹਦਾ ਭਲਾ ਹੁੰਦਾ ਕਦੀ ਕਿਸੇ ਨੇ ਵੇਖਿਆ ਵੀ ਨਹੀਂ। ਇਹ ਸਾਡੇ ਮਨ 'ਚ ਹੁੰਦਾ ਕਿਸੇ ਦੀ ਔਲਾਦ ਨਸ਼ੇੜੀ ਨਿਕਲ ਜੂ, ਕਿਸੇ ਦਾ ਹੋਰ ਨੁਕਸਾਨ ਹੋ ਜੂ, ਇਹ ਪੈਸਾ ਫਲਦਾ ਵੀ ਜੇ ਧਰਮ ਦੇ ਕੰਮਾਂ 'ਤੇ ਲੱਗੇਗਾ ਤਾਂ ਇਹਦਾ ਫਲੇਗਾ, ਜੇ ਇਹਦੀ ਕੋਈ ਦੁਰਵਰਤੋਂ ਕਰੇਗਾ ਤਾਂ ਖੁਦ ਹੀ ਦੁਰਵਰਤੋਂ ਦਾ ਸ਼ਿਕਾਰ ਹੋ ਜਾਏਗਾ। ਇਹ ਵੀ ਗੁਰੂ ਦੀ ਗੋਲਕ ਦੀ ਸ਼ਕਤੀ ਹੈ, ਇਸ ਕਰਕੇ ਇਹ ਵੀ ਕਦੀ ਸ਼ੰਕਾ ਨਾ ਕਰਨਾ। ਇਸ ਲਈ ਗੁਰੂ ਪੰਥ ਨੇ, ਸਤਿਗੁਰਾਂ ਨੇ ਆਪਣੇ ਪੰਥ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਤਾਬਿਆ ਵਿੱਚ ਜਿਹੜਾ ਉਹ ਮਾਨਤਾ ਦਿੱਤੀ ਕਿ ਮੇਰਾ ਖਾਲਸੇ ਨੂੰ ਹੁਕਮ ਹੈ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ, ਕਿਉਂਕਿ ਅਸੀਂ ਸਾਡਾ ਨਿਤਨੇਮ ਸ਼ਬਦ ਤੋਂ ਸ਼ੁਰੂ ਹੁੰਦਾ, ਸਾਡਾ ਜੀਵਨ ਸਾਰਾ ਸ਼ਬਦ ਬਾਣੀ 'ਚ ਹੈ, ਚਾਹੇ ਸਾਡਾ ਆਨੰਦ ਸੰਸਕਾਰ ਹੋਵੇ, ਅਸੀਂ ਲਾਵਾਂ ਬਾਣੀ ਪੜ੍ਹਦੇ ਹਾਂ, ਲਾਵਾਂ ਬਾਣੀ ਇੱਕ ਫਿਲਾਸਫੀ ਹੈ ਕਿ ਸਾਡੀ ਜੀਵਨ ਯੁਗਤ ਹੈ, ਚਾਹੇ ਬੱਚੇ ਦਾ ਜਨਮ ਦੀ ਮਰਿਆਦਾ ਹੋਵੇ ਉਹ ਵੀ ਬਾਣੀ ਨਾਲ, ਨਾਮਕਰਨ ਕਰਨਾ ਹੋਵੇ ਹੁਕਮਨਾਮਾ ਲਓ ਜਿਹੜਾ ਪਹਿਲਾ ਅੱਖਰ ਆ ਗਿਆ। ਅਸੀਂ ਜਿੰਨੇ ਬੈਠੇ ਹਾਂ ਸਾਡੇ 90% ਨਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ 'ਤੇ ਆਧਾਰਿਤ ਹੈ। ਤੁਸੀਂ ਜਦੋਂ ਅਰਥ ਕਰੋਗੇ ਸਾਡੇ ਸਾਰਿਆਂ ਦੇ ਨਾਮਕਰਨ, ਇਸਲਾਮ ਦੇ ਵੇਖੋਗੇ ਤਾਂ ਉਹਨਾਂ ਦੇ ਧਰਮ ਸਥਾਨਾਂ ਨਾਲ, ਉਹਨਾਂ ਦੇ ਸ਼ਹਿਰਾਂ ਨਾਲ, ਉਹਨਾਂ ਦੇ ਧਰਮ ਨਾਲ ਰਿਲੇਟਡ ਹੋਣਗੇ। ਸਿੱਖਾਂ ਦੇ ਦੇਖੋਗੇ ਤਾਂ ਇਹ ਸਾਡੇ ਆਪਣੇ ਇਤਿਹਾਸਕ ਸ਼ਹਿਰਾਂ ਨਾਲ, ਗੁਰਬਾਣੀ ਨਾਲ, ਗੁਰੂ ਦੇ ਸ਼ਬਦਾਂ ਨਾਲ ਸੰਬੰਧਿਤ ਹੋਣਗੇ। ਸਾਡੇ ਸਹਿਜ ਭਾਵੀ ਸਾਡੇ ਜੀਵਨ ਵਿੱਚ ਬਾਣੀ, ਜੇ ਮ੍ਰਿਤਕ ਸੰਸਕਾਰ ਹੈ ਫਿਰ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦਾ ਆਸਰਾ, ਜੇ ਅਸੀਂ ਸੌਂਦੇ ਹਾਂ ਤਾਂ ਸੋਹਲਾ ਬਾਣੀ ਬਾਣੀ ਦਾ ਆਸਰਾ। ਹੁਣ ਇੱਕ ਸਾਡਾ ਮਿੱਤਰ ਸੀ, ਉਹ ਕਹਿੰਦਾ ਮੈਨੂੰ ਸਮਝ ਨਹੀਂ ਆਈ ਵੀ ਤੁਸੀਂ ਜਦੋਂ ਕਿਸੇ ਦੀ ਮੌਤ ਹੁੰਦੀ ਹੈ ਫਿਰ ਵੀ ਸੋਹਲਾ ਬਾਣੀ ਪੜ੍ਹਦੇ ਹੋ, ਅਤੇ ਜਦੋਂ ਸੌਣ ਲੱਗਦੇ ਉਦੋਂ ਵੀ ਸੋਹਲਾ ਬਾਣੀ ਪੜ੍ਹਦੇ ਹੋ। ਸਾਡੇ ਤਾਂ ਕਹਿੰਦੇ ਧਰਮ ਦੇ ਵਿੱਚ ਮਰਨ ਵਾਲੇ ਮੰਤਰ ਹੋਰ ਨੇ, ਜਨਮ ਵਾਲੇ ਹੋਰ ਨੇ, ਵਿਆਹ ਵਾਲੇ ਹੋਰ ਨੇ, ਗ੍ਰਹਿ ਪ੍ਰਵੇਸ਼ ਵਾਲੇ ਹੋਰ ਨੇ। ਮੈਂ ਕਿਹਾ ਇੱਕ ਨਿਹੰਗ ਸਿੰਘ ਸੌਣ ਲੱਗਾ ਅਤੇ ਉਹਨੇ ਸੋਹਲਾ ਬਾਣੀ ਦਾ ਪਾਠ ਕੀਤਾ ਅਤੇ ਉਹਦਾ ਕੋਈ ਹਿੰਦੂ ਮਿੱਤਰ ਸੀ, ਉਹ ਕਹਿੰਦਾ ਵੀ ਇਹ ਤਾਂ ਮਰਿਆਂ ਤੋਂ ਬਾਣੀ ਪੜ੍ਹੀ ਦੀ ਹੈ। ਉਹ ਨਿਹੰਗ ਸਿੰਘ ਕਹਿੰਦਾ ਵੀ ਆਪਾਂ ਤਾਂ ਸੋਹਲਾ ਪੜ੍ਹਤਾ, ਇਹ ਰੱਬ ਦੀ ਮਰਜ਼ੀ ਆ, ਜੇ ਚੱਕਣਾ ਚੱਕ ਲਏ, ਜੇ ਸਵੇਰ ਨੂੰ ਜਿਉਂਦੇ ਹੋਵਾਂਗੇ ਉੱਠ ਕੇ ਬਾਕੀ 5 ਬਾਣੀਆਂ ਪੜ੍ਹ ਲਾਂਗੇ। ਉਹ ਕਹਿੰਦਾ ਵੀ ਅਸੀਂ ਤਾਂ ਭਾਣੇ 'ਚ ਜਿਉਣ ਵਾਲੇ ਲੋਕ ਹਾਂ, ਇਹ ਅਕਾਲ ਦਾ ਭਾਣਾ, ਅਸੀਂ ਤਾਂ ਤਿਆਰ ਹਾਂ, ਅਸੀਂ ਡਰ ਕੇ ਸੌਣ ਵਾਲੇ ਨਹੀਂ ਹਾਂ,
ਵੀ ਸੋਲਾ ਪੜ੍ਹਦਾ ਤਾਂ ਪਤਾ ਨਹੀਂ ਬਦਸ਼ਗਨੀ ਹੋ ਗਈ। ਇਹ ਚੜ੍ਹਦੀ ਕਲਾ ਦਾ ਪ੍ਰਤੀਕ ਹੈ ਵੀ ਆਪਾਂ ਬਾਣੀ ਪੜ੍ਹਤੀ ਹੈ, ਬਾਬਾ ਤੇਰੀ ਮਰਜ਼ੀ ਹੈ। ਜੇ ਸਵੇਰੇ ਠਾ ਦੇਗਾ ਜਪਜੀ ਸਾਹਿਬ ਜਾਪ ਸਾਹਿਬ ਸਵਈਏ ਪੜ੍ਹ ਦਾਂਗੇ, ਜੇ ਚੱਕ ਲਵੇਗਾ ਤਾਂ ਆਪਾਂ ਮਰਿਆਦਾ ਪੂਰੀ ਕਰਤੀ ਹੈ। ਇਹ ਵੀ ਇੱਕ ਆਸ਼ਾਵਾਦੀ ਨਜ਼ਰੀਆ ਹੈ ਕਿ ਜਦੋਂ ਅਸੀਂ ਭਰਮ ਤੋਂ ਡਰ ਤੋਂ ਮੁਕਤ ਹੋ ਕੇ ਰਜ਼ਾ 'ਚ ਰਹਿੰਦੇ ਹਾਂ। ਇਸ ਲਈ ਕਹਿੰਦੇ ਵੀ ਜਿਹੜਾ ਸਿੱਖ ਹੈ ਉਹ ਕੁਦਰਤ ਦੇ ਬਹੁਤ ਲਾਗੇ ਆ। ਬਲਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ, ਗਾਉਂਦਾ ਹੀ ਨਹੀਂ ਹੈ, ਕੁਦਰਤ ਦੇ ਨਜ਼ਦੀਕ ਹੈ। ਰੁੱਤ ਬਦਲਦੀ ਉਹ 12ਵਾਂ ਬਾਣੀ ਦਾ ਪਾਠ ਕਰਦਾ, ਉਹ ਰਾਤ ਪੈਂਦੀ ਉਹ 16ਵਾਂ ਬਾਣੀ ਦਾ ਪਾਠ ਕਰਦਾ। ਉਹ ਇੱਕ ਕੁਦਰਤੀ ਨਿਯਮਾਂ ਵਿੱਚ ਜਿਉਂਦਾ ਔਰ ਜਿਵੇਂ ਕੁਦਰਤ ਨੇ ਪੈਦਾ ਕੀਤਾ ਉਵੇਂ ਖਾਲਸਾਈ ਰੂਪ ਵਿੱਚ ਆ ਕੇ ਆਪਣੇ ਸਰੂਪ ਨੂੰ ਕਾਇਮ ਰੱਖਦਾ। ਉਹ ਖੰਡਿਤ ਨਹੀਂ ਕਰਦਾ, ਜੋ ਅਕਾਲ ਨੇ ਸਰੂਪ ਦਿੱਤਾ ਉਹਦੀ ਖੰਡਿਤ ਵੀ ਨਹੀਂ ਕਰਦਾ। ਸਾਡੀ ਜਿੰਨੀ ਜੀਵਨ ਯੁਗਤ ਹੈ ਉਹ ਬਾਣੀ 'ਚ ਦਰਜ ਹੈ। ਦੁਨੀਆਂ ਦੇ ਬਛਿੰਦੇ ਲੋਕ ਜਿੱਥੇ ਬਹੁ ਗਿਣਤੀ ਘਰਾੜੇ ਮਾਰਦੇ ਸੁੱਤੇ ਹੁੰਦੇ ਆ, ਉੱਥੇ ਗੁਰੂ ਦਾ ਖਾਲਸਾ ਹੀ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਦੀ ਮਹਿਮਾ ਦਾ ਵਰਣਨ ਕਰਦਾ। ਅੰਮ੍ਰਿਤ ਵੇਲੇ ਜਾਗਣਾ ਹੀ ਆਪਣੇ ਆਪ ਵਿੱਚ ਇੱਕ ਸ਼ਕਤੀ ਹੈ, ਕਿਉਂਕਿ ਸਾਡਾ ਲੋਕ ਅਖਾਣ ਹੈ। ਜਿਹੜਾ ਸੂਰਜ ਚੜ੍ਹਨ ਤੋਂ ਪਹਿਲਾਂ ਜਾਗ ਪਿਆ ਉਹ ਸੂਰਜ ਨੂੰ ਨੱਪ ਲੈਂਦਾ, ਅਤੇ ਜਿਹੜਾ ਸੂਰਜ ਚੜ੍ਹੇ ਤੱਕ ਸੁੱਤਾ ਰਿਹਾ ਉਹਨੂੰ ਸੂਰਜ ਨੱਪ ਲੈਂਦਾ। ਕਿਉਂਕਿ ਜਿਵੇਂ ਜਿਵੇਂ ਧੁੱਪ ਚੜ੍ਹਦੀ ਹੈ ਸੁਸਤੀ ਪੈਂਦੀ ਹੈ, ਅਤੇ ਜਿਹੜਾ ਬੰਦਾ ਸੂਰਜ ਚੜ੍ਹਨ ਤੋਂ ਪਹਿਲਾਂ ਜਾਗਿਆ ਉਹ ਚਾਹੇ ਵਿਦਿਆਰਥੀ ਹੈ, ਚਾਹੇ ਅਧਿਆਪਕ ਹੈ, ਚਾਹੇ ਕਿਸਾਨ ਹੈ, ਚਾਹੇ ਕੋਈ ਬਿਜ਼ਨਸ ਕਰਦਾ, ਉਹ ਵਧੀਆ ਕੰਮ ਕਰੇਗਾ। ਅਤੇ ਜਿਹੜਾ ਘਰਾੜੇ ਮਾਰਦਾ ਰਿਹਾ ਸੂਰਜ ਚੜ੍ਹਨ ਤੱਕ, ਉਹ ਸੁਸਤੀ ਦੇ ਮਾਰੇ ਨੇ ਉੱਠ ਕੇ ਵੀ ਬਹੁਤਾ ਕੋਈ ਚੰਗਾ ਨਹੀਂ ਕਰਨਾ। ਮਤਲਬ ਇਹ ਇੱਕ ਬੜੀ ਵਧੀਆ ਫਿਲਾਸਫੀ ਹੈ ਕਿ ਰੁੱਤ ਨੂੰ ਸਮੇਂ ਨੂੰ ਸਾਂਭਣਾ, ਅਤੇ ਸਾਡਾ ਜਾਗਣਾ ਸਾਡਾ ਖਾਣਾ ਸਾਨੂੰ ਸਤਿਗੁਰਾਂ ਨੇ ਬਾਣੀ 'ਚ ਸਾਡੀ ਜੀਵਨ ਯੁਗਤ ਵੀ ਸਮਝਾਈ। ਮੈਂ ਕੱਲ੍ਹ ਕਿਹਾ ਸੀ ਨਾ ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਜਿਹੜਾ ਭੁੱਖ ਤੋਂ ਵੱਧ ਕੇ ਖਾਊਗੇ ਉਹ ਖੁਆਰ ਕਰੇਗਾ। ਬਾਬਾ ਹੋਰ ਪਹਿਨਣ ਖੁਸ਼ੀ ਖੁਆਰ, ਜਿੱਤ ਪੈਦੇ ਤਨ ਪੀੜੀਏ ਮਨ ਮੈਂ ਚੱਲੇ ਵਿਕਾਰ। ਉਹ ਪਹਿਰਾਵਾ ਵੀ ਕਈ ਵਾਰੀ ਵਿਕਾਰ ਬਣ ਜਾਂਦਾ ਜਿਹੜਾ ਸਮਾਜ ਵਿੱਚ ਪ੍ਰਵਾਨਿਤ ਨਾ ਹੋਵੇ। ਕਈ ਵਾਰੀਆਂ ਬੱਚੇ ਨੇ ਕਾਲਜਾਂ ਵਾਲੇ ਬੜੀਆਂ ਭੀੜੀਆਂ ਭੀੜੀਆਂ ਜੀਨਾਂ ਪਾ ਲੈਂਦੇ, ਜਦੋਂ ਬੱਸ ਆ ਕੇ ਰੁਕਦੀ ਆ ਤਾਂ ਪੈਰ ਚੱਕ ਕੇ ਬੱਸ 'ਤੇ ਨਹੀਂ ਚੜਿਆ ਜਾਂਦਾ। ਉਹ ਪਹਿਨਣਾ ਵੀ ਕਈ ਵਾਰੀ ਬੰਦੇ ਵਾਸਤੇ ਖੁਆਰੀ ਬਣ ਜਾਂਦਾ, ਰੋਗ ਬਣ ਜਾਂਦਾ ਕਿ ਜਦੋਂ ਉਹਦੇ ਅੰਗ ਪੈਰ ਹੀ ਵਿਕਸਿਤ ਨਹੀਂ ਹੋ ਸਕਦੇ। ਉਹ ਪਹਿਨਣਾ ਵੀ ਬੰਦੇ ਨੂੰ ਖੁਆਰ ਕਰਦਾ, ਉਹ ਖਾਣਾ ਵੀ ਖੁਆਰ ਕਰਦਾ। ਸਤਿਗੁਰਾਂ ਨੇ ਇਹ ਜਿਹੜੀ ਜੀਵਨ ਯੁਗਤ, ਮਨ ਦੀ ਖੁਰਾਕ ਵੀ ਤਨ ਦੀ ਖੁਰਾਕ ਵੀ, ਆਸਾ ਦੀ ਵਾਰ ਜਿਹੜੀ ਅਸੀਂ ਅੰਮ੍ਰਿਤ ਵੇਲੇ ਪਾਠ ਹੁੰਦਾ, ਇਹਨੂੰ ਇਸੇ ਲਈ ਕਿਹਾ ਜਾਂਦਾ ਕਿ ਇਹਦੇ 'ਚ ਬਹੁਤ ਵੱਡਾ ਜ਼ਿੰਦਗੀ ਦਾ ਫਲਸਫਾ, ਜੇ ਸੋ ਚੰਦਾ ਉਗਵੈ ਸੂਰਜ ਚੜ੍ਹੇ ਹਜ਼ਾਰ, ਇਹਤੇ ਚਾਨਣ ਹੁੰਦਿਆਂ ਗੁਰਬਿਨ ਕੋਰ ਅੰਧਾਰ। ਲੱਖਾਂ ਸੂਰਜ ਹੋਣ ਹਜ਼ਾਰਾਂ ਚੰਦਰਮਾ ਆ ਜਾਣ, ਗੁਰੂ ਤੋਂ ਬਿਨਾਂ ਅੰਧੇਰਾ ਹੀ ਰਹੇਗਾ। ਗੁਰਬਿਨ ਕੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ। ਗੁਰੂ ਤੋਂ ਬਿਨਾਂ ਬੰਦਾ ਅੰਧੇਰੇ ਵਿੱਚ ਰਹੇਗਾ, ਉਹ ਇਸ ਲਈ ਅੰਧੇਰੇ 'ਚ ਰਹੇਗਾ, ਗਿਆਨ ਤੋਂ ਬਿਨਾਂ ਤਾਂ ਬੰਦਾ ਪਸ਼ੂ ਹੈ। ਉਹ ਵਿਦਾਂਤ ਦੇ ਗ੍ਰੰਥ ਨੇ ਨਾ, ਨਿੰਦਰਾ ਭੋਜਨ ਭੋਗ ਭੈ ਇਹ ਪਸ ਪੁਰਖ ਸਮਾਨ, ਕਹਿੰਦੇ ਪਸ਼ੂ ਵਿੱਚ ਬੰਦੇ ਵਿੱਚ ਇਹ ਤਾਂ ਇੱਕੋ ਜਿਹੇ ਨੇ। ਨਿੰਦਰਾ ਸੌਣਾ, ਭੋਜਨ ਖਾਣਾ, ਨਿੰਦਰਾ ਭੋਜਨ ਭੋਗ ਭੋਗਣਾ ਅਤੇ ਭੈ ਡਰਨਾ, ਕਹਿੰਦੇ ਇਹ ਪਸ ਪੁਰਖ ਸਮਾਨ, ਨਰ ਗਿਆਨ ਨਿਜ ਅਧਕਤਾ ਗਿਆਨ ਬਿਨਾਂ ਪਸ਼ੂ ਜਾਣ। ਕਹਿੰਦੇ ਬੰਦੇ ਵਿੱਚ ਗੁਣ ਕੀ ਹੈ? ਗਿਆਨ, ਅਤੇ ਜੇ ਗਿਆਨ ਨਹੀਂ ਤਾਂ ਬੰਦਾ ਪਸ਼ੂ। ਉਹ ਜਿਹੜਾ ਸਤਿਗੁਰਾਂ ਨੇ ਵਾਰ ਵਾਰ ਮਨੁੱਖ ਨੂੰ ਚੇਤਨ ਕੀਤਾ ਕਿ ਤੇਰਾ ਇਨਸਾਨੀ ਜਾਮਾ ਜਾਂ ਭਈ ਪ੍ਰਾਪਤ ਮਨੁੱਖ ਦਿਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਜਾਂ ਪਸ਼ੂ ਮਿਲੇ ਚੰਗਿਆਈਆਂ ਖੜ ਖਾਵੈ ਅੰਮ੍ਰਿਤ ਦੇ। ਕਹਿੰਦੇ ਪਸ਼ੂ ਵਿੱਚ ਫਿਰ ਵੀ ਚੰਗਿਆਈ ਹੈ, ਕੌੜੀ ਇਹਨੂੰ ਖਲ ਪਾਉਂਦੇ ਹਾਂ ਅੰਮ੍ਰਿਤ ਵਰਗਾ ਦੁੱਧ ਦਿੰਦਾ, ਅਤੇ ਬੰਦੇ ਵਿੱਚ ਬੰਦਾ ਗਾਉਂਦਾ ਹੈ। ਸਤਿਗੁਰਾਂ ਤੁਹਾਡਾ ਰੱਬ ਵੀ ਮਿੱਠ ਬੋਲੜਾ ਜੀ ਸੱਜਣ ਸੁਆਮੀ ਮੋਰਾ, ਹੌਸੰਭਲ ਥੱਕੀ ਜੀ ਕਦੇ ਨਾ ਬੋਲੇ ਕੌਰਾ। ਕਹਿੰਦੇ ਮੇਰਾ ਜਿਹੜਾ ਰੱਬ ਹੈ ਉਹ ਵੀ ਮਿੱਠੇ ਬੋਲਾਂ ਵਾਲਾ। ਪਰ ਇਹ ਹੁਣ ਸਿੱਖ ਨੂੰ ਉਪਦੇਸ਼ ਹੈ ਕਿ ਜਿਹਦਾ ਪਰਮਾਤਮਾ ਮਿੱਠੇ ਬੋਲਾਂ ਵਾਲਾ, ਅਤੇ ਸਿੱਖ ਸਾਰਾ ਦਿਨ ਹੀ ਕੁਝ ਕੇ ਲੜੀ ਜਾਵੇ ਗੱਲ ਉਹਦੇ ਨਾਲ ਵੀ ਨਹੀਂ ਬਣਦੀ। ਐਵੇਂ ਮੱਥੇ 'ਤੇ ਤੋੜੀਆਂ ਪਾਈਆਂ, ਕਦੀ ਆਪਦੇ ਜਵਾਕ ਕੁੱਟ ਸਿੱਟੇ, ਕਦੀ ਘਰ ਵਾਲੀ ਨਾਲ ਲੜ ਪਿਆ। ਮਤਲਬ ਉਹ ਅਕਾਲ ਪੁਰਖ ਜੇ ਤੇਰਾ ਮਿੱਠਾ, ਅਤੇ ਜਿਹਦਾ ਅੰਮ੍ਰਿਤ ਵੇਲੇ ਉੱਠ ਕੇ ਸਿਮਰਨ ਕੀਤਾ, ਉਹਦਾ ਸੁਭਾਅ ਵੀ ਆਪਣੇ ਆਪ ਵਿੱਚ ਲਿਆਉਣਾ। ਇਹ ਫਿਲਾਸਫੀ ਇਹੋ ਜਿਹਾ ਰੂਪ ਧਾਰਨ ਕਰਦੀ ਹੈ। ਆਤਮਕ ਮੰਡਲ 'ਤੇ ਹਰ ਬੰਦਾ ਡਰਪੋਕ ਹੁੰਦਾ। ਸਤਿਗੁਰੂ ਨੇ ਬਾਣੀ 'ਚ ਦਰਜ ਕੀਤਾ, ਜੋ ਡਰ ਡਰੇ ਤਾਂ ਤੋ ਡਰ ਲਾਗੇ, ਨਿਡਰ ਹੋਆ ਡਰ ਉਰ ਹੋਏ ਭਾਗੇ। ਜਿੰਨਾ ਮਨੁੱਖ ਡਰਦਾ ਡਰ ਹੋਰ ਲੱਗੀ ਜਾਂਦਾ। ਜੇ ਨਿਰਭਉ ਨਿਰਵੈਰ ਦਾ ਨਾਮ ਜਪਦਾ, ਅਤੇ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨਕਾ ਭਉ ਸਭ ਗੁਆਸੀ,
ਜਿਹੜਾ ਡਰ ਹੈ ਤਾਂ ਪ੍ਰਭੂ ਦਾ ਸਿਮਰਨ ਕਰੇਗਾ, ਡਰ ਉਹਦੇ ਦੂਰ ਹੋਣਗੇ। ਬੰਦੇ ਵਿੱਚ ਫਿਰ ਵਿਤਕਰੇ ਨੇ, ਉਹ ਰੱਬ ਦੇ ਨਾਂ 'ਤੇ ਵੀ ਲੜ ਪੈਂਦਾ, ਸਮਾਜ ਦੇ ਨਾਂ 'ਤੇ ਲੜਦਾ। ਸਤਿਗੁਰਾਂ ਕੇ ਜੇ ਸਭਨਾ ਜੀਆਂ ਕਾ ਦਾਤਾ ਹੀ ਇੱਕ ਹੈ, ਫਿਰ ਵਿਤਕਰੇ ਖਤਮ ਹੋਣਗੇ। ਫਿਰ ਜਿੰਨੇ ਦੁਨੀਆ ਦੇ ਅੰਧ ਵਿਸ਼ਵਾਸ ਸਨ, ਜਿੰਨੇ ਡਰ ਸਨ, ਜਿੰਨੀਆਂ ਮੰਤਾਂ ਮਨੋਤਾਂ ਸਨ, ਸਤਿਗੁਰਾਂ ਨੇ ਵਾਰ ਵਾਰ ਬਾਣੀ ਵਿੱਚ ਮਨੁੱਖ ਨੂੰ, ਸਿੱਖ ਨੂੰ ਦ੍ਰਿੜ ਕਰਵਾਈਆਂ ਕਿ ਤੂੰ ਇਹਨਾਂ ਤੋਂ ਉੱਪਰ ਉੱਠ ਕੇ ਉਸ ਪਰਮਾਤਮਾ ਵਰਗਾ ਰੂਪ ਹੋਣਾ। ਪਰ ਜੇ ਕੋਈ ਘਟਨਾ ਵੀ ਘਟਦੀ ਹੈ ਤਾਂ ਫਿਰ ਚਿੰਤਾ ਤਾਂ ਕੀ ਕੀਜੀਏ, ਜੋ ਅਣਹੋਣੀ ਹੋਏ ਇਹ ਮਾਰਗ ਸੰਸਾਰ ਕੋ ਨਾਨਕ ਥਿਰਨੀ ਕੋਈ। ਇਹ ਵੀ ਯਾਦ ਰੱਖਣਾ ਵੀ ਇਹ ਕੋਈ ਅਣਹੋਣੀ ਗੱਲ ਨਹੀਂ ਹੈ, ਵੀ ਜੇ ਸੰਸਾਰ ਤੋਂ ਕਿਸੇ ਦੀ ਮੌਤ ਹੋ ਗਈ ਹੈ ਨਾ, ਚਿੰਤਾ ਕਰਨ ਵਾਲੀ ਗੱਲ ਨਹੀਂ ਹੈ, ਕਿਉਂਕਿ ਸੰਸਾਰ ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀ ਹੈ, ਜੋ ਆਇਆ ਉਹਨੇ ਜਾਣਾ। ਕਿਉਂਕਿ ਭਾਰਤੀ ਲੋਕ ਇਹ ਬਹੁਤ ਹੀ ਪਿੱਟ ਸਿਆਪਾ ਕਰਦੇ ਸਨ ਕਿਸੇ ਦੀ ਮੌਤ ਦੇ ਉੱਤੇ। ਸਿੱਖਾਂ ਦੀ ਇੱਕ ਮਰਿਆਦਾ ਕਿ ਅਸੀਂ ਅਕਾਲ ਦੇ ਭਾਣੇ ਵਿੱਚ ਕੀਰਤਨ ਕਰਦੇ ਹਾਂ, ਔਰ ਆਨੰਦ ਸਾਹਿਬ ਦਾ ਪਾਠ ਹਰ ਸਮੇਂ ਹੁੰਦਾ, ਬੱਚੇ ਦਾ ਜਨਮ ਹੋਵੇ ਆਨੰਦ ਸਾਹਿਬ ਦਾ ਪਾਠ, ਬਜ਼ੁਰਗ ਦੀ ਮ੍ਰਿਤਕ ਦੀ ਸੰਸਕਾਰ ਹੋਵੇ ਆਨੰਦ ਸਾਹਿਬ ਦਾ ਪਾਠ, ਅੰਮ੍ਰਿਤ ਸੰਚਾਰ ਹੋ ਰਿਹਾ ਆਨੰਦ ਸਾਹਿਬ ਨਾਲ ਸੰਪੂਰਨ, ਨਿਤਨੇਮ ਆਨੰਦਪੁਰ ਆਨੰਦ ਸਾਹਿਬ ਨਾਲ ਸੰਪੂਰਨ। ਇਹਦਾ ਮਤਲਬ ਜਿਹੜਾ ਸਿੱਖ ਹੈ ਉਹ ਇੰਨਾ ਅਕਾਲ ਦੀ ਰਜ਼ਾ ਵਿੱਚ ਰਹਿੰਦਾ ਕਿ ਉਹ ਹਮੇਸ਼ਾ ਖੇੜਾ ਮਹਿਸੂਸ ਕਰਦਾ ਕਿ ਅਕਾਲ ਪੁਰਖ ਤੇਰੀ ਰਜ਼ਾ, ਮਤਲਬ ਕਿਤੇ ਵੀ ਅਲੰਭਾ ਨਹੀਂ ਹੈ। ਨਹੀਂ ਤਾਂ ਘੱਟੋ ਘੱਟ ਕਿਹੜਾ ਬੰਦਾ ਜਿਹੜਾ ਮੌਤ ਦਾ ਭੋਗ ਹੋਵੇ ਅਤੇ ਆਨੰਦ ਸਾਹਿਬ ਦਾ ਪਾਠ ਹੁੰਦਾ ਹੋਵੇ। ਇਹ ਕੇਵਲ ਨਿਰਮਲ ਪੰਥ ਦੀ ਮਰਿਆਦਾ ਹੈ, ਸਿੱਖ ਪੰਥ ਦੀ ਮਰਿਆਦਾ ਹੈ ਕਿ ਜੇ ਅਸੀਂ ਕਹਿੰਦੇ ਹਾਂ ਕਿ ਹੁਕਮ ਰਜ਼ਾਈ ਚੱਲਣਾ ਅਤੇ ਰਜ਼ਾ ਵਿੱਚ ਚੱਲਣ ਵਾਲੇ ਕਿਤੇ ਵੀ ਹੋਣ, ਇਹ ਉਸ ਸਤਿਗੁਰੂ ਦੀ ਬਖਸ਼ਿਸ਼ ਦੇ ਪਾਤਰ ਬਣਦੇ, ਫਿਰ ਆਨੰਦ ਸਾਹਿਬ ਦਾ ਪਾਠ ਕਰਦੇ ਆ। ਇਹ ਇੱਕ ਮਨੋਵਿਗਿਆਨਕ ਫਲਸਫਾ ਵੀ ਹੈ ਕਿ ਜਿਹੜਾ ਮਨੁੱਖ ਦੁੱਖ ਦੇ ਸਮੇਂ ਵਿੱਚ ਵੀ ਆਨੰਦ ਸਾਹਿਬ ਦਾ ਪਾਠ ਕਰ ਰਿਹਾ ਉਹ ਸੱਚਮੁੱਚ ਹੀ ਚੜ੍ਹਦੀ ਕਲਾ 'ਚ ਰਹੇਗਾ, ਉਹ ਸੱਚਮੁੱਚ ਹੀ ਆਸ਼ਾਵਾਦੀ ਹੋਏਗਾ, ਉਹ ਝੋਰਿਆਂ ਤੋਂ ਮੁਕਤ ਹੋਏਗਾ, ਉਹ ਸੱਚਮੁੱਚ ਜੋ ਕਹਿ ਰਿਹਾ ਉਹ ਕਰ ਰਿਹਾ। ਭਾਵੇਂ ਦੁੱਖ ਹੁੰਦਾ ਹਰ ਇੱਕ ਨੂੰ ਰਿਸ਼ਤਿਆਂ ਦੇ ਵਿਛੜਨ ਦਾ ਹੁੰਦਾ, ਪਰ ਫਿਰ ਵੀ ਉਹਦੇ ਵਿੱਚ ਵੀ ਜਿਹੜਾ ਧਰਮ ਸਾਡਾ ਸ਼ਬਦ ਗੁਰੂ ਹੈ ਉਹ ਸਾਡੇ ਲਈ ਫਿਰ ਪ੍ਰੇਰਕ ਸ਼ਕਤੀ ਬਣਦਾ ਕਿ ਇਹ ਇਕੱਲਾ ਤੁਹਾਡੇ ਨਾਲ ਨਹੀਂ ਹੋਇਆ, ਰਾਮ ਗਿਓ ਰਾਵਣ ਗਿਓ ਜਾਂ ਕੋਬੋ ਪਰਿਵਾਰ ਕਹੋ ਨਾਨਕ ਥਿਰ ਕੱਛ ਨਹੀਂ ਸੁਪਨੇ ਜਿਉਂ ਸੰਸਾਰ। ਸਤਿਗੁਰੂ ਫਿਰ ਸਮਝਾ ਕੇ ਡਿੱਗੇ ਢੱਠੇ ਬੰਦੇ ਨੂੰ ਵੀ ਫਿਰ ਚੜ੍ਹਦੀ ਕਲਾ 'ਚ ਲਿਆ ਕੇ ਸਥਿਰ ਕਰ ਦਿੰਦੇ ਨੇ। ਇਸ ਲਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਤਿਕਾਰ, ਕਿਉਂਕਿ ਪ੍ਰਗਟ ਗੁਰਾਂ ਕੀ ਦੇਹ ਹੈ। ਅਤੇ ਕਈ ਵਾਰੀਆਂ ਵੀ ਸ਼ੰਕੇ ਸ਼ੁੰਕੇ ਲੋਕਾਂ 'ਚ ਹੁੰਦੇ ਆ, ਨਹੀਂ ਸ਼ੰਕਾਵਾਦੀਆਂ ਨੂੰ ਨਹੀਂ ਸੁਣਨਾ, ਸਤਿਗੁਰਾਂ ਦਾ ਜਿੰਨਾ ਸਿੱਖ ਸਤਿਕਾਰ ਕਰੇਗਾ, ਉੱਚੇ ਸਿੰਘਾਸਣਾਂ 'ਤੇ ਸੋਹਣੇ ਰੁਮਾਲੇ ਦੇ ਕੇ ਗੁਰੂ ਦੀ ਹਜ਼ੂਰੀ ਵਿੱਚ, ਚਵਰ ਤਖਤ ਦੇ ਮਾਲਕ ਨੇ ਸਤਿਗੁਰੂ, ਬਖਸ਼ਿਸ਼ਾਂ ਕਰਨ ਵਾਲੇ ਨੇ, ਕਿਉਂਕਿ ਅਕਾਲੀ ਬਾਣੀ ਹੈ, ਤੁਰਕੀ ਬਾਣੀ ਹੈ, ਇਹਦਾ ਇੱਕ ਇੱਕ ਅੱਖਰ ਸਾਡੇ ਸਤਿਕਾਰ ਦਾ ਪਾਤਰ ਹੈ। ਔਰ ਇਹ ਸਤਿਕਾਰ ਕਰਨਾ ਇੱਥੇ ਵੀ ਗੁਰਮੁਖ ਪਿਆਰੇ ਬਹੁਤ ਪਿਆਰੇ ਢੰਗ ਨਾਲ, ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ, ਕਿਸੇ ਨੇ ਸੋਚਿਆ ਇਹੋ ਜਿਹਾ ਥਾਂ ਹੋਵੇ? ਇੱਥੇ ਅੱਗੇ ਗੁਰਦੁਆਰਾ ਸਾਹਿਬ ਵੀ ਬਣ ਗਿਆ, ਨਿਸ਼ਾਨ ਸਾਹਿਬ ਵੀ ਝੂਲ ਗਿਆ, ਸੰਗਤਾਂ ਵੀ ਸੱਜ ਗਈਆਂ। ਕਰਾਮਾਤ ਕਿਹਦੀ ਹੈ? ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ। ਬੋਲ ਆਪਾਂ ਅੰਮ੍ਰਿਤ ਵੇਲੇ ਸ਼ਾਮ ਨੂੰ ਸੱਜਦੇ ਹਾਂ, ਇਹ ਸਾਰੀ ਕਰਾਮਾਤ ਕਿਉਂਕਿ ਗੁਰੂ ਆਪ ਵਰਤਦੇ ਨੇ। ਮੈਂ 5 ਮਿੰਟ 'ਚ ਸਮਾਪਤੀ ਕਰਦਾ। ਸਾਡੇ ਇੱਕ ਵਾਰੀ 1950-52 'ਚ ਨਾ ਗੁਰੂ ਨਾਨਕ ਪਾਤਸ਼ਾਹ ਦੇ ਗੁਰਪੁਰਬ 'ਤੇ ਕੀਰਤ ਕਵੀ ਦਰਬਾਰ ਹੁੰਦਾ, ਸਾਡੇ ਪੁਰਾਣੀ ਪਰੰਪਰਾ ਸੀ। ਪ੍ਰੋਫੈਸਰ ਸਾਹਿਬ ਸਿੰਘ ਉਦੋਂ ਉੱਥੇ ਧਰਮ ਦੇ ਪ੍ਰੋਫੈਸਰ ਹੁੰਦੇ ਸਨ। ਮੈਨੂੰ ਕਿਸੇ ਬਜ਼ੁਰਗ ਨੇ ਗੱਲ ਸੁਣਾਈ, ਮੇਰਾ ਬਰਥ ਤੋਂ ਬਾਅਦ ਦਾ, 1962 ਦਾ, ਉਹ ਕਹਿੰਦੇ ਕਵੀ ਕਹਿੰਦੇ ਆ ਜਾਓ ਬਾਬਾ ਨਾਨਕ ਜੀ, ਤਾਰ ਜਾਓ ਬਾਬਾ ਨਾਨਕ ਜੀ। ਅਤੇ ਪ੍ਰੋਫੈਸਰ ਸਾਹਿਬ ਸਿੰਘ ਹੋਣਾਂ ਨੇ ਅੰਤ ਵਿੱਚ ਧੰਨਵਾਦ ਕਰਨਾ ਸੀ, ਅਤੇ ਉਹ ਜਦੋਂ ਧੰਨਵਾਦ ਕਰਨ ਲੱਗੇ ਉਹ ਕਹਿੰਦੇ ਮੈਂ ਕਵੀਆਂ ਨਾਲ ਬਿਲਕੁਲ ਸਹਿਮਤ ਨਹੀਂ ਹੈਗਾ। ਅਤੇ ਕਵੀਆਂ ਨੇ ਕੰਨ ਚੱਕ ਲਏ ਵੀ ਸ਼ਾਇਦ ਕਾਲਜ ਵਾਲਿਆਂ ਨੇ ਸਾਨੂੰ ਭੇਟਾਂ ਨਹੀਂ ਦੇਣੀ ਹੁਣ। ਉਹ ਕਹਿੰਦੇ ਮੈਂ ਇਸ ਲਈ ਸਹਿਮਤ ਨਹੀਂ ਹੈਗਾ, ਗੁਰੂ ਨਾਨਕ ਪਾਤਸ਼ਾਹ ਆਉਣਗੇ ਤਾਂ ਜੇਕਰ ਗਏ ਹੋਣ 'ਤੇ, ਗੁਰੂ ਨਾਨਕ ਪਾਤਸ਼ਾਹ ਜੀ ਤਾਂ ਬਾਣੀ ਰੂਪ ਵਿੱਚ ਤੁਹਾਡੇ 'ਚ ਸੁਭਾਏਮਾਨ ਨੇ। ਕਹਿੰਦੇ ਕਰੋ ਜਪਜੀ ਸਾਹਿਬ ਦਾ ਪਾਠ, ਕਰੋ ਗੁਰੂ ਨਾਲ ਗੱਲਾਂ, ਪੜ੍ਹੋ ਆਨੰਦ ਸਾਹਿਬ ਦੀ ਬਾਣੀ, ਕਰੋ ਤੀਜੇ ਪਾਤਸ਼ਾਹ ਨਾਲ ਗੱਲਾਂ, ਪੜ੍ਹੋ ਸਿੱਧ ਗੋਸ਼ਟ, ਪੜ੍ਹੋ ਆਸਾ ਕੀ ਵਾਰ, ਗੁਰੂ ਸਾਹਿਬ ਤੁਹਾਡੇ 'ਚ ਬਾਣੀ ਰੂਪ ਵਿੱਚ ਸੁਭਾਏਮਾਨ ਨੇ। ਤਾਂ ਹੀ ਕਿਸੇ ਫਿਲਾਸਫਰ ਨੇ ਕਿਹਾ ਕਿ ਦੁਨੀਆਂ ਦੇ ਪੈਗੰਬਰ ਆਏ ਅਤੇ ਚਲੇ ਗਏ, ਪਰ ਗੁਰੂ ਸਾਹਿਬਾਨ ਇਸ ਧਰਤੀ 'ਤੇ 5 ਭੂਤਕ ਸਰੀਰ ਵਿੱਚ ਆਏ ਅਤੇ ਬਾਣੀ ਰੂਪ ਵਿੱਚ ਸੁਭਾਏਮਾਨ ਹੋ ਕੇ ਇੱਥੇ ਹੀ ਰਹਿ ਪਏ।
ਗੁਰੂ ਆਪ ਵਰਤਦਾ, ਗੁਟਕਾ ਇੱਕ ਮਾਧਿਅਮ ਹੈ, ਗੁਰੂ ਸੁਭਾਵਮਾਨ ਹੈ। ਅਸੀਂ ਜਾਪ ਸਾਹਿਬ ਦਾ ਪਾਠ ਕੇਵਲ ਪਾਠ ਨਹੀਂ ਕਰਦੇ, ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਹਿਰਦੇ ਨਾਲ ਗੱਲਾਂ ਕਰਦੇ ਹਾਂ। ਅਸੀਂ ਕੇਵਲ ਚੌਪੀ ਸਾਹਿਬ ਦਾ ਪਾਠ ਨਹੀਂ ਕਰਦੇ, ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਰਹਿਮਤ ਵਰਸਦੀ ਹੈ। ਗੁਰੂ ਸਾਹਿਬ ਅੱਜ ਵੀ ਆਉਣ ਧਰਤੀ 'ਤੇ ਅਤੇ ਸਾਨੂੰ ਪੁੱਛਣਗੇ, ਚੌਪੀ ਸਾਹਿਬ ਦਾ ਪਾਠ ਕਰਦੇ ਹੋ, ਜਾਪ ਸਾਹਿਬ ਦਾ ਜਾਪ ਕਰਦੇ ਹੋ, ਗੁਰੂ ਨਾਨਕ ਪਾਤਸ਼ਾਹ ਕਹਿਣਗੇ ਜਪਜੀ ਸਾਹਿਬ ਰੋਜ਼ ਪੜ੍ਹਦੇ ਹੋ। ਗੁਰੂ ਦਾ ਹੁਕਮ ਉਹੀ ਰਹੇਗਾ, ਗੁਰੂ ਦਾ ਫਲਸਫਾ ਉਹੀ ਰਹੇਗਾ। ਇਸ ਲਈ ਬਾਣੀ ਸਧਾਰਨ ਰੂਪ ਵਿੱਚ, ਕੇਵਲ ਗ੍ਰੰਥ ਰੂਪ ਵਿੱਚ ਨਹੀਂ, ਗੁਰੂ ਖੁਦ ਸੁਭਾਵਮਾਨ ਨੇ, ਗੁਰੂ ਦੀ ਕਲਾ ਵਰਤਦੀ ਹੈ, ਗੁਰੂ ਦੀ ਸ਼ਕਤੀ ਵਰਤਦੀ ਹੈ। ਅਸੀਂ ਬਾਣੀ ਦਾ ਪਾਠ ਕਰਦੇ ਹੋਏ ਗੁਰੂ ਦੇ ਹਿਰਦੇ ਨਾਲ ਸਾਂਝ ਪਾਉਂਦੇ ਹਾਂ, ਕਿਉਂਕਿ ਗੁਰੂ ਅਕਾਲੀ ਬਾਣੀ ਹੈ, ਤੁਰਕੀ ਬਾਣੀ ਹੈ। ਅਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਪ੍ਰਗਟ ਗੁਰਾਂ ਕੀ ਦੇਹ ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ, ਅਸੀਂ ਧਿਆਨ ਧਰ ਕੇ ਵਾਹਿਗੁਰੂ ਬੋਲਦੇ ਹਾਂ ਤਾਂ ਕਿ ਅਸੀਂ ਗੁਰੂ ਦੇ ਸਨਮੁਖ ਹੋ ਕੇ ਗੁਰੂ ਦੇ ਹਿਰਦੇ ਦੇ ਦਰਸ਼ਨ ਕਰਦੇ ਹਾਂ। ਇੱਕ ਕਵੀ ਨਿਹਾਲ ਸਿੰਘ ਲਾਹੌਰੀ ਹੋਇਆ, ਉਹਦਾ ਇੱਕ ਮੈਂ ਸਵੱਈਆ ਸੁਣਾ ਕੇ ਬਸ ਸਮਾਪਤੀ ਕਰਦਾ। ਕਹਿੰਦਾ, ਕਾਹੂ ਕੋ ਭਰੋਸੋ ਹੈ ਜ਼ਮੀਨ ਕੇ ਜ਼ਮਾਨੇ ਬੀਚ, ਕਾਹੂ ਕੋ ਭਰੋਸੋ ਜ਼ੋਰ ਚਾਕਰੀ ਜਹਾਜ਼ ਪੈ, ਕਾਹੂ ਕੋ ਭਰੋਸੋ ਸ਼ਾਹ ਪਾਤਸ਼ਾਹ ਭਾਰੀ ਮੀਤ, ਕਾਹੂ ਕੋ ਭਰੋਸੋ ਹੈ ਕਟੰਬੀ ਕਰੈ ਕਾਜ ਪੈ, ਕਾਹੂ ਕੋ ਭਰੋਸੋ ਦੇਵ ਬਾਣੀ ਅਰ ਪਾਰਸੀ ਕੋ, ਕਾਹੂ ਕੋ ਭਰੋਸੋ ਸੰਤ ਗੀਰੀ ਕੀ ਮਜਾਜ ਪੈ, ਕਾਹੂ ਕੋ ਭਰੋਸੋ ਚਾਰ ਚਾਤਰੀ ਚਲਾਕੀ ਚੌਕ, ਮੋਕੋ ਤੋਂ ਭਰੋਸੋ ਇੱਕ ਗ੍ਰੰਥ ਮਹਾਰਾਜ ਪੈ। ਇਹ ਬੜਾ ਹੀ ਪਿਆਰਾ ਸ਼ਬਦ ਮਹਾਨ ਕੋਸ਼ 'ਚ ਦਰਜ ਹੈ, ਇਹ ਪੰਡਿਤ ਨਿਹਾਲ ਸਿੰਘ ਦੀ ਕਵਿਤਾ ਹੈ। ਕਹਿੰਦਾ, ਕਿਸੇ ਨੂੰ ਭਰੋਸਾ ਹੈ ਵੀ ਮੇਰੇ ਕੋਲ ਜ਼ਮੀਨ ਬੜੀ ਆ, ਮੇਰੀ ਜ਼ਮਾਨੇ 'ਚ ਬੜੀ ਚੱਲਦੀ ਹੈ, ਕਿਸੇ ਨੂੰ ਭਰੋਸਾ ਹੈ ਮੈਨੂੰ ਦੇਵ ਬਾਣੀ ਸੰਸਕ੍ਰਿਤ ਆਉਂਦੀ ਹੈ, ਮੈਨੂੰ ਪਾਰਸੀ ਆਉਂਦੀ ਹੈ, ਕਾਹੂ ਕੋ ਭਰੋਸੋ ਦੇਵ ਬਾਣੀ ਅਰ ਪਾਰਸੀ ਕੋ, ਕਾਹੂ ਕੋ ਭਰੋਸੋ ਸੰਤ ਗਿਰੀ ਕੀ ਮਜਾਜ ਪੈ। ਕੋਈ ਬੰਦਾ ਕਹਿੰਦਾ, ਮੈਂ ਬੜਾ ਵੱਡਾ ਸੰਤ ਹੈ, ਮੈਨੂੰ ਕਿਸੇ ਦੀ ਲੋੜ ਨਹੀਂ। ਕੋਈ ਕਹਿੰਦਾ, ਕਾਹੂ ਕੋ ਭਰੋਸੋ ਚਾਰ ਚਾਤਰੀ ਚਲਾਕੀ ਚੌਕ, ਕਹਿੰਦਾ ਕਿਸੇ ਕੋਲ ਚੌਕੜੀ ਹੈ, ਚਾਤਰੀ ਹੁੰਦਾ ਸਿਆਣਪ, ਵੀ ਮੇਰੇ ਚਾਰ ਸਿਆਣੇ ਮਿੱਤਰ ਹੈਗੇ, ਮੈਂ ਇਹਨਾਂ ਤੋਂ ਅਕਲ ਲੈ ਲਾਂਗਾ ਜਦੋਂ ਕੋਈ ਸਮੱਸਿਆ ਆਊਗੀ। ਕਾਹੂ ਕੋ ਭਰੋਸੋ ਚਾਰ ਚਾਤਰੀ ਚਲਾਕੀ ਚੌਕ, ਮੋਕੋ ਤੋਂ ਭਰੋਸੋ ਇੱਕ ਗ੍ਰੰਥ ਮਹਾਰਾਜ ਪੈ। ਕਹਿੰਦਾ, ਨਾ ਮੈਨੂੰ ਦੇਵ ਬਾਣੀ ਆਉਂਦੀ ਹੈ, ਨਾ ਮੇਰੇ ਕੋਲ ਬਹੁਤੀ ਸਿਆਣਿਆਂ ਦੀ ਮੰਡਲੀ ਹੈ, ਨਾ ਮੇਰੇ ਕੋਲ ਕੋਈ ਬਹੁਤੀ ਜ਼ਮੀਨ ਜਾਇਦਾਦ ਹੈ, ਅਤੇ ਨਾ ਮੈਨੂੰ ਕਿਸੇ ਬਾਦਸ਼ਾਹ ਦੀ ਮੁਖਬਰੀ ਕਰਨੀ ਆਉਂਦੀ ਹੈ ਜਾਂ ਉਹਦੀ ਚੱਕਰੀ ਕਰਨੀ ਆਉਂਦੀ ਹੈ। ਆਹਨਾ ਮੇਰਾ ਭਰੋਸਾ ਤਾਂ ਕੇਵਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਉੱਤੇ, ਇਹਦੇ ਵਿੱਚ ਆ ਕੇ ਬਾਕੀ ਸਾਰੇ ਛੋਟੇ ਹੋ ਜਾਂਦੇ ਆ, ਅਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸਿਰ ਸ਼ਾਹਾਂ ਦੇ ਸ਼ਾਹ ਨੇ। ਇਸ ਕਰਕੇ ਸਤਿਗੁਰੂ ਰਹਿਮਤ ਕਰਨ ਕਿ ਆਪਾਂ ਜਿਸ ਭਾਵਨਾ ਦੇ ਨਾਲ ਇਸ ਕੈਂਪ ਵਿੱਚ ਇਕੱਤਰਿਤ ਹੋਏ, ਨਾਮ ਸਿਮਰਨ ਦਾ ਕੈਂਪ ਲੱਗਾ, ਬਹੁਤ ਸਾਰੀਆਂ ਵਿਚਾਰ ਗੋਸ਼ਟੀਆਂ ਹੋਈਆਂ, ਔਰ ਸਾਡਾ ਵਿਸ਼ਵਾਸ ਗੁਰੂ ਗ੍ਰੰਥ, ਗੁਰੂ ਪੰਥ ਉੱਤੇ, ਗੁਰੂ ਦੇ ਕਕਾਰਾਂ ਉੱਤੇ, ਗੁਰੂ ਦੇ ਫਲਸਫੇ ਉੱਤੇ, ਗੁਰੂ ਦੀ ਬਾਣੀ ਉੱਤੇ ਇੰਨਾ ਪਰਪੱਕ ਰਹੇ ਕਿ ਸਾਡਾ ਨਾ ਕਿਤੇ ਮਨ ਡੋਲੇ ਅਤੇ ਨਾ ਕਿਤੇ ਸਾਨੂੰ ਹੋਰ ਦਰ 'ਤੇ ਜਾਣ ਦੀ ਲੋੜ ਪਵੇ। ਇਹਨਾਂ ਕੁਝ ਕਹਿੰਦਾ ਹੋਇਆ ਸਮੇਂ ਨਾਲ ਸਮਾਪਤ ਕਰਦਾ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਸਮੂਹ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ, ਤੁਸੀਂ ਬੜਾ ਪਿਆਰ ਦਿੱਤਾ ਕਿ ਆਪਾਂ ਇੱਕ ਪਰਿਵਾਰਕ ਰੂਪ ਵਿੱਚ ਜੁੜ ਬੈਠੇ ਹਾਂ। ਜਿੰਨੀ ਕੁ ਸਤਿਗੁਰਾਂ ਨੇ ਮੱਤ ਮੁੱਧ ਦਿੱਤੀ ਹੈ ਉਹਦੇ ਅਨੁਸਾਰ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹੈ। ਫਿਰ ਵੀ ਕੋਈ ਭੁੱਲ ਰਹਿ ਗਈ ਹੋਵੇ, ਹੋ ਸਕਦਾ ਕਈ ਵਾਰੀ ਕੋਈ ਸ਼ਬਦ ਸਾਡੇ ਕੋਲ, ਕਈ ਵਾਰੀ ਗੁਰੂ ਦੀ ਸ਼ਖਸੀਅਤ ਦੇ ਲਈ ਕਈ ਵਾਰੀ ਓਡਾ ਉੱਚਾ ਸ਼ਬਦ ਨਹੀਂ ਮੂੰਹ 'ਚੋਂ ਨਿਕਲਦਾ। ਸਾਨੂੰ ਜਿੰਨਾ ਵੀ ਚੰਗੇ ਤੋਂ ਚੰਗਾ ਸ਼ਬਦ ਨਾਲ ਅਸੀਂ ਸੰਬੋਧਨ ਕਰ ਸਕੀਏ, ਇਹ ਬਜ਼ੁਰਗਾਂ ਨੇ ਦੱਸਿਆ, ਕਿਉਂਕਿ ਜਿੰਨੇ ਵੱਡੇ ਸਤਿਗੁਰੂ ਨੇ ਸਾਡੇ ਸ਼ਬਦ ਏਡੇ ਵੱਡੇ ਨਹੀਂ, ਸਾਡੇ ਕੋਲ ਇੰਨੀ ਅਮੀਰ ਭਾਸ਼ਾ ਨਹੀਂ, ਸਾਡੇ ਕੋਲ ਕਈ ਵਾਰੀ ਸ਼ਬਦ ਊਣੇ ਹੁੰਦੇ ਹੈ, ਔਰ ਇਸੇ ਲਈ ਸਾਡੇ ਜਿਹੜੀਆਂ ਭਾਵਨਾਵਾਂ ਜਿਹੜੀਆਂ ਤਾਂ ਉੱਚੀਆਂ ਸੁੱਚੀਆਂ ਰਹਿੰਦੀਆਂ ਕਿ ਸਾਡੇ ਸ਼ਬਦ ਵੀ ਇੰਨੇ ਸੋਹਣੇ ਹੋਣ, ਇੰਨੇ ਪਵਿੱਤਰ ਹੋਣ ਜਿਵੇਂ ਸਾਡੀ ਸ਼ਰਧਾ, ਇੰਨੇ ਸੋਹਣੇ ਸੋਹਣੇ ਸ਼ਬਦ ਸਾਡੇ ਕੋਲ ਹੋਣ ਗੁਰੂ ਦੇ ਸਤਿਕਾਰ ਵਿੱਚ, ਫਿਰ ਸਾਨੂੰ ਸਾਰਿਆਂ ਦਾ ਸਵੈਮਾਣ ਵੱਧਦਾ। ਔਰ ਫਿਰ ਵੀ ਕਈ ਵਾਰੀ ਕੋਈ ਸ਼ਬਦ ਊਣਾ ਰਹਿ ਗਿਆ ਹੋਵੇ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਸਤਿਗੁਰੂ ਬਖਸ਼ਣਹਾਰ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।